ਲੈ ਹੱਦ ਹੋ ਗਈ, ਇੱਥੇ ਆ ਕੇ ਬੈਠ ਗਏ। ਮੈਂ ਕਹੀ ਜਾਂਦੀ ਹਾਂ ਵੀ ਗੱਲ ਕਰਨੀ ਆ, ਕੋਈ ਗੱਲ ਕਰਨੀ ਆ। ਮੈਂ ਕੀ ਹੋ ਗਿਆ ਹੁਣ ਆਖੇ ਕੀ ਹੋ ਗਿਆ ਹੁਣ, ਬਾਹਰਲੇ ਕੰਮਾਂ ਤੋਂ ਵਿਹਲ ਮਿਲ ਗਈ, ਗੱਲ ਸੁਣ ਸਕਦੇ ਹੋ? ਦੱਸੋ ਜੀ। ਅਖੇ ਦੱਸੋ ਜੀ, ਮੇਰੀ ਗੱਲ ਸੁਣੋ, ਇੱਕਦਮ ਮਨੂ ਦੀ ਗੱਲ ਆ, ਉਹਨੂੰ ਮਾੜਾ ਮੋਟਾ ਨਾ ਬਾਹਰ ਜਾਂਦਾ ਘੁੰਮਣ ਫਿਰਨ ਭੇਜ ਦਿਓ, ਠੀਕ ਹੈ? ਉਹਦਾ ਮਨ ਹੋਰ ਹੋ ਜਾਊਗਾ, ਉਹ ਤਾਂ ਮੇਰਾ ਵੀ ਦਿਮਾਗ ਘੁਮਾਈ ਬੈਠੀ ਹੈ ਨਾਲ ਨਾਲ। ਤੂੰ ਐਂ ਕਰ, ਉਹਨੂੰ ਨਾਲ ਲੈ ਜਾ, ਘੁੰਮਣ ਵਾਲੀ ਕੀ ਗੱਲ ਆ? ਕੱਲ ਅਸੀਂ ਗਈਆਂ ਤਾਂ ਸੀਗੀਆਂ ਬਾਜ਼ਾਰ। ਹੁਣ ਕੀ ਕਹਿੰਦੀ ਉਹ, ਮੈਨੂੰ ਖੁੱਲ ਕੇ ਗੱਲ ਦੱਸ ਵੀ, ਉਹ ਐਂ ਕਹਿੰਦੀ ਹੈ? ਕਹਿੰਦੀ ਤਾਂ ਕੁਛ ਨਹੀਂ ਹੈਗੀ, ਬਸ ਹੁਣ ਤਾਂ ਇੱਕਦਮ ਮੈਨੂੰ ਕਿਹਾ, ਕਹਿੰਦੀ ਸੁਖਮਨੀ, ਆਪਾਂ ਸੁਖਮਨੀ ਸਾਹਿਬ ਆ ਗਿਆ, ਅਖੰਡ ਪਾਠ ਸਾਹਿਬ ਕਰਵਾਉਣਾ ਗਾ। ਚਲੋ, ਪਰਮਾਤਮਾ ਦਾ ਨਾਮ ਲੈਣਾ, ਘਰੇ ਆਪਾਂ ਲੈ ਜਾਵਾਂਗੇ, ਕੋਈ ਗੱਲ ਨਹੀਂ, ਜੇ ਕਹਿੰਦੀ ਆਪਾਂ ਕਰਵਾ ਦਿਆਂਗੇ। ਆਈ ਹੋ ਜਾਊਗਾ, ਆਪ ਤਾਂ ਬਾਹਰ ਤੁਰੇ ਫਿਰਦੇ ਰਹਿੰਦੇ ਹੋਗੇ। ਉਹ ਨਹੀਂ, ਚਲੋ ਉਦੋਂ ਆਪਾਂ ਨਾ ਜਾਵਾਂਗੇ ਤਾਂ ਮੈਨੂੰ ਵੀ ਗੱਲ ਕਹਿੰਦੀ ਸੀ, ਕਹਿੰਦੀ ਆਪਾਂ ਘਰੇ ਆਓ ਕਰਾਉਣਾ। ਮੈਂ ਕਿਹਾ ਤੁਸੀਂ ਐਂ ਕਰਾ, ਆਪਦੀ ਮੰਮੀ ਨਾਲ ਗੱਲ ਕਰ ਲਾ, ਜਿਹੜਾ ਆਪਾਂ ਕਰਾਉਣਾ ਕਰਾ ਦਾਂਗੇ, ਪਾਠ ਕਈ ਹੁੰਦੇ ਆ, ਕਿਹੜਾ ਕਰਾਉਣਾ ਕਰਾ ਦਿਓ, ਵੀ ਸੰਮਟ ਪਾਠ ਹੁੰਦਾ ਗਾ, ਤੇ ਇੱਕ ਆਪਾਂ 7 ਦਿਨਾਂ ਵਾਸਤੇ ਕਰਾਉਣੇ ਹੁੰਦੇ ਆ ਸਹਿਜ ਪਾਠ, ਸਹਿਜ ਪਾਠ, ਤੇ ਇੱਕ ਆਪਾਂ ਆਹ ਕਰਾਉਣੇ ਹੁੰਦੇ, ਦੂਜਾ ਖੰਡ ਪਾਠ, ਤੇ ਚਾਹੇ ਸੰਮਟ ਪਾਠ। ਵੀ ਸੰਮਟ ਪਾਠ ਕਰਾਉਣਾ ਫਿਰ ਤਾਂ ਉਨੇ ਦਿਨ ਘਰੇ ਉਹ ਕਿਸੇ ਨੇ ਬਾਹਰ ਨਹੀਂ ਜਾਣਾ, ਉਹਦੇ ਤਾਂ ਕਹਿੰਦੇ ਤਾਂ ਕੰਮ ਥੋੜਾ ਕਰ ਲਾ ਹੁੰਦਾ ਗਾ, ਜੇ ਭਾਈ ਆਮ ਕਰਾਉਣਾ ਗਾ, ਤੁਸੀਂ ਰਾਏ ਕਰ ਦੋਗੇ ਤਾਂ ਉਹੀ ਕਰਾ ਦੂੰਗਾ। ਬਸ ਉਹਦੀ ਮਰਿਆਦਾ ਜਿਆਦੇ ਰੱਖਣੀ ਪੈਂਦੀ ਆ। ਮਰਿਆਦਾ ਤਾਂ ਬਾਹਲੀ ਆ, ਕੇਸੀ ਉਨੇ ਦਿਨ ਬੰਦਾ ਘਰੇ ਰਹੂ, ਬਾਹਰ ਨਹੀਂ ਜਾਂਦਾ, ਪਿੰਡ ਦੀ ਜੂਨ ਟੱਪੀ ਜਾਂਦੀ, ਬਾਹਲੀਆਂ ਗੱਲਾਂ ਹੁੰਦੀਆਂ ਉਹਦੇ 'ਚ। ਚਲੋ ਆਪਾਂ ਦਾ ਅਖੰਡ ਪਾਠ ਸਾਹਿਬ ਕਰਵਾਉਣਾ ਗਾ, ਤੇ ਬਾਕੀ ਉਹ ਗੱਲਾਂ ਕੁੜੀ ਹੋਰ ਹੀ ਕਰੀ ਜਾਂਦੀ, ਉਹਨੂੰ ਸਮਝਾ ਦਿਓ। ਉਹ ਮੈਂ ਕੀ ਸਮਝਾਉਣਾ, ਤੂੰ ਸਮਝਾ, ਤੈਨੂੰ ਸਮਝਾਉਣ ਵਾਸਤੇ ਲਿਆਂਦਾ ਉਹਨੂੰ। ਲੈ ਕੇ ਤੂੰ ਸਮਝਾ, ਮੈਨੂੰ ਤਾਂ ਆਪ ਡਰ ਪੈਦਾ ਕਰਤਾ ਉਹਨੇ। ਮੈਂ ਤਾਂ ਕਹਿੰਦਾ ਸੁਪਨੇ ਸੁਪਨੇ ਤਾਂ ਸੱਚ ਹੀ ਹੋ ਜਾਂਦੇ ਹੈਗੇ, ਮੈਨੂੰ ਤਾਂ ਆਪ ਡਰ ਲੱਗੀ ਜਾਂਦਾ। ਲੈ ਮੈਂ ਉਹਨੂੰ ਕੀ ਸਮਝਾਵਾਂ, ਜਿਹਦੇ ਮਨ 'ਚ ਖੁਦ ਦਾ ਡਰ ਹੋਵੇ ਉਹ, ਮੈਂ ਉਹਨੂੰ ਕੀ ਸਮਝਾਉਂਗੀ? ਉਹਨੂੰ ਤਸੱਲੀ ਦੇ ਦੂੰ ਮੈਂ ਵੀ ਚੱਲ ਠੀਕ ਆ, ਜਦੋਂ ਮੇਰੇ ਮਨ 'ਚ ਹੀ ਚੋਰ ਹੈਗਾ, ਮੈਨੂੰ ਤਾਂ ਆਪ ਆਇਆ ਵੀ ਜੇ ਹਾਂ ਸੱਚੀ ਇਦਾਂ ਗੱਲ ਹੋ ਗਈ ਤੇ ਉਹਨੂੰ ਦਿਲਾਸਾ ਦਿੱਤਾ, ਮੇਰਾ ਕੀ ਕਰੂਗਾ? ਮੇਰੀ ਗੱਲ ਸੁਣ, ਮੈਨੂੰ ਮੇਰੇ ਪਰਮਾਤਮਾ ਤੇ ਇੰਨਾ ਭਰੋਸਾ, ਅਸੀਂ ਜਦ ਤੱਕ ਤਾਂ ਕੋਈ ਗੋਲੀ ਨਹੀਂ ਬਣੀ, ਤੇ ਜਿਹੜੇ ਮੇਲੇ ਦੇ ਲੱਗ ਜੇ ਹੋਰ ਦੱਸ ਦੋ, ਜੇ ਲੱਗਣੀ ਹੋਈ ਉਦੇ ਆਏ ਸਮਝ ਜਾਊਗਾ ਵੀ ਮੇਰਾ ਅੰਤ ਆ ਗਿਆ। ਬਸ ਉਹ ਤਾਂ ਗੱਲ ਹੈਗੀ ਆ, ਤਾਂ ਨਾ ਮੇਰੇ ਉੱਤੇ ਮਾਰੀ ਜਾਂਦੇ ਆ, ਜਿੱਦੇ ਦਾ ਮੈਂ ਬਣਿਆ, ਜਿੱਦੇ ਦਾ ਮੈਂ ਸਰਪੰਚ ਬਣਿਆ ਸੀਗਾ, ਸਰਪੰਚ ਵੀ ਤਾਂ 10 ਸਾਲ ਤਾਂ ਮੈਂ ਸਰਪੰਚ ਰਹਿ ਗਿਆ, ਉਦੋਂ ਨਹੀਂ ਬੱਜੀ, ਹੁਣ ਮੇਲੇ ਨੂੰ ਕਿੰਨਾ ਚਿਰ ਹੋ ਗਿਆ, ਜਿੱਦੇ ਵੱਜ ਗਈ ਉਦੇ ਪਰਮਾਤਮਾ ਦੀ ਚਿੱਠੀ ਨਿਕਲਿਆ ਜੀ, ਮੈਂ ਤਾਂ ਆਹ ਗੱਲ ਜਾਣਦਾ। ਮੈਂ ਤਾਂ ਇਹ ਗੱਲ ਕਹਿੰਦੀ ਆ ਵੀ ਠੀਕ ਹੈ, ਮੈਂ ਮੰਨਦੀ ਆ ਵੀ ਜਿੰਨਾ ਟਾਈਮ ਪਰਮਾਤਮਾ ਦਾ ਸੱਦਾ ਨਹੀਂ ਆਉਂਦਾ ਕੁਛ ਨਹੀਂ ਹੈਗਾਗਾ, ਠੀਕ ਹੈ? ਨਾ ਇੱਥੇ ਉਹਦੀ ਰਜਾ ਤੋਂ ਬਿਨਾਂ ਪੱਤਾ ਵੀ ਨਹੀਂ ਹਲਦਾ, ਪਰ ਫਿਰ ਵੀ ਡਰ ਕੇ ਤਾਂ ਚੱਲਣਾ ਚਾਹੀਦਾ। ਮੈਂ ਡਰ ਜਿਹੜੇ ਕੰਮ ਕਰਦਾ ਮੈਂ ਡਰ ਕੇ ਕਰ ਰਿਹਾ, ਖੁੱਲੇ ਮੈਂ ਤਾਂ ਮੈਂ ਕਰਦੇ ਨਹੀਂ ਗਾ। ਹੁਣ ਤੂੰ ਦੱਸ ਦੇ, ਜੇ ਕਿ ਆਪਾਂ ਭੈਣ ਭਾਈ ਦਾ ਕੰਮ ਕਰਾਂਗੇ, ਚੰਗੀ ਗੱਲ ਹੈ ਕਿ ਮਾੜੀ ਹੈ? ਪਰ ਤਾਂ ਇੱਕ ਜਿਹੜਾ ਭਰੋਸਾ ਗਾ ਨਾ, ਬੰਦੇ ਨੂੰ ਭਰੋਸਾ ਦਾ ਮਾਰ ਜਾਂਦਾ ਗਾ, ਤੇ ਤੁਸੀਂ ਬਹੁਤ ਕਰਦੇ ਹੋ, ਹਰੇਕ ਨੂੰ ਘਰੇ ਲਿਆ ਕੇ ਵੜ ਦਿੰਦੇ ਹੋ, ਉਹਦੇ ਬਾਰੇ ਸੋਚ ਲਓ, ਉਹ ਬਿਲਕੀ ਜਾਂਦੀ ਹੈਗੀ, ਆਏ ਨਾ ਹੋ ਜੇ, ਆਏ ਨਾ ਹੋ ਜੇ, ਹੁਣ ਮੈਂ ਉਹਨੂੰ ਕੀ ਕਹਾਂ? ਉਹ ਚੱਲ ਕੋਈ ਗੱਲ ਨਹੀਂ, ਉਹ ਮੈਨੂੰ ਪਤਾ ਉਸ ਨੂੰ ਕਹਿੰਦੇ ਜਿਹੜੀ ਕੱਲ੍ਹ ਆਏ ਸੀਗੀ, ਉਹਦੇ ਤਾਂ ਚੱਲ ਮੈਂ ਵੀ ਮੰਨਦਾ, ਅੱਜ ਤੋਂ ਬਾਅਦ ਦੇ ਵਿੱਚ ਉਹਨੂੰ ਆਪਾਂ ਘਰੇ ਨਾ ਬੁਲਾਵਾਂਗੇ, ਆਪਾਂ ਉਹਦੇ ਨਾਲ ਗੱਲ ਹੀ ਨਹੀਂ ਕਰਦੇ। ਤੁਸੀਂ ਕਹਿ ਦਿੰਦੇ ਹੋ ਮੁੜ ਕੇ, ਫੇਰ ਆਹ ਕੰਮ ਆਇਆ ਹੋਊਗਾ, ਅਸੀਂ ਰੱਖਣੀ ਪੈ ਗਈ, ਲੋਕ ਲੱਜਾ ਰੱਖਣੀ ਪੈਂਦੀ ਆ, ਇੱਥੋਂ ਆਹ ਕੰਮ ਵਿਗੜ ਗਿਆ ਸੀ। ਚੱਲ ਕੋਈ ਗੱਲ ਨਹੀਂ, ਇਸ ਗੱਲ 'ਤੇ ਤੂੰ ਐਂ ਕਰ, ਮੈਂ ਜਾਣਾ ਤਾਂ ਬਾਹਰ, ਮੈਨੂੰ ਕੰਮ ਆ, ਤੂੰ ਮਨੂ ਨੂੰ ਭੇਜ ਮਾੜਾ ਮੇਰੇ ਕੋਲ, ਭੇਜ ਦਿੰਦੀ ਹਾਂ, ਮੈਂ ਲਾਉਣਾ ਮਾੜੀ ਕਲਾਸ ਉਹਦੇ 'ਤੇ। ਆਹ ਬੜਾ ਕੋਈ ਹੁਣ ਨਵਾਂ ਪੰਗਾ ਖੜਾ ਹੋਇਆ, ਕਿਵੇਂ ਜਵਾਕਾਂ ਨੂੰ ਸਮਝਾਵਾਂ? ਸਹੀ ਗੱਲ ਆ, ਹਾਂਜੀ ਮੈਮ।
ਕੀ ਕਰਦੀ ਸੀ? ਕੁਛ ਨਹੀਂ, ਬਸ ਗ੍ਰਾਮਰ ਵਗੈਰਾ ਜੀ ਦੇਖ ਰਹੀ ਸੀ। ਅੱਛਾ, ਤੇ ਮੇਰੀ ਗੱਲ ਸੁਣ, ਉਹ ਜਿਹੜੀ ਖੂਨਖਰ ਸਾਹਿਬ ਵਾਲੀ ਗੱਲ ਸੀ ਉਹ ਤਾਂ ਮੇਰੀ ਹੋ ਗਈ, ਠੀਕ ਹੈ ਨਾ? ਹਾਂਜੀ, ਉਹ ਤਾਂ ਆਪਾਂ ਕਰਵਾ ਦਾਂਗੇ, ਆਪਾਂ ਦਿਨ ਸੈਟਿੰਗ ਕਰ ਲਾਂਗੇ ਕਿਹੜੇ ਦਿਨ ਕਰਵਾਉਣਾ, ਹਾਂਜੀ ਕਿਉਂਕਿ ਬਾਬਾ ਜੀ ਨਾਲ ਗੱਲ ਕਰਨੀ ਪਊਗੀ ਨਾ ਪਹਿਲਾਂ, ਹੈ ਨਾ? ਤੇ ਤੂੰ ਨਾ ਜਾ ਕੇ ਗੱਲ ਕਰ। ਆਪਾਂ ਨਾ ਹਾਂ, ਕਾਹਦੀ ਗੱਲ ਕਰਾਂਗੇ? ਜਿਹੜੀਆਂ ਮੇਰੇ ਕੋਲ ਕਰਦੀ ਆ ਮੰਮੀ, ਮੈਂ ਡੈਡੀ ਨਾਲ ਤਾਂ ਗੱਲ ਕਰ ਚੁੱਕੀ ਆ ਪਹਿਲਾਂ ਹੀ ਇਹਦੇ ਬਾਰੇ। ਤੂੰ ਨਹੀਂ ਕਰਦੀ ਕੀ ਗੱਲਾਂ, ਮੈਨੂੰ ਪਤਾ। ਬਸ ਡੈਡੀ ਸੁਣਦੇ ਹੀ ਨਹੀਂ ਹੈਗੇ, ਫਿਰ ਇਹ 'ਚ ਮੈਂ ਕੀ ਕਰਾਂ? ਚੱਲ ਕੋਈ ਨਾ, ਇੱਕ ਵਾਰੀ ਤੈਨੂੰ ਬੁਲਾਇਆ ਗਾ, ਤੂੰ ਕੋਲੇ ਚੱਲ ਜਾ, ਠੀਕ ਹੈ ਨਾ? ਅੱਛਾ, ਬੁਲਾਇਆ ਡੈਡੀ ਨੇ? ਹਾਂ, ਤੈਨੂੰ ਬੁਲਾਇਆ ਗਾ, ਤੇ ਨਾਲੇ ਕਿਤੇ ਮੈਂ ਵੀ ਭੁੱਲ ਜਾਂਦੀ ਹਾਂ, ਜੇ ਮੈਂ ਕੋਈ ਹੋਰ ਕੰਮ ਲੱਗ ਜਾਂਦੀ ਜਾ ਕੇ, ਫਿਰ ਮੈਨੂੰ ਕਹਿਣਾ ਸੀਗਾ ਤੂੰ ਸੁਨੇਹਾ ਨਹੀਂ ਲਾਇਆ ਹੈਗਾ ਗਾ, ਤੇ ਤੂੰ ਨਾ, ਵਗ ਜਾ, ਕੋਈ ਗੱਲ ਨਹੀਂ, ਤੇ ਖਬਰ ਤੇਰੀ ਕੋਈ ਸੁਣ ਲੈ, ਮੇਰੀ ਤਾਂ ਕੋਈ ਸੁਣਦਾ ਨਹੀਂ ਹੈਗਾ। ਕੋਈ ਗੱਲ ਨਹੀਂ, ਤੁਸੀਂ ਵੀ ਮਾੜਾ ਸਮਝਾ ਲੈਂਦੇ ਨਾ, ਕੀ ਪਰ ਕਰਾਂ, ਮੈਂ ਮੈਂ ਤਾਂ ਆਪ ਤਾਂ ਤੇਰੇ ਵਰਗੀ ਹੈਗੀ, ਮੇਰੀ ਕਿੱਥੇ ਸੁਣਦੇ? ਕੋਈ ਨਾ ਕਹਿੰਦੇ ਜਿੱਦੇ ਵੱਜਣੀ ਆ। ਮੈਨੂੰ ਕਹਿ ਦਿੰਦੇ ਮੈਂ ਤੇਰੀ ਮੰਮੀ ਦੀ ਵਧੀਆ ਸੁਣ ਲੈਣਾ, ਆਪਣੀ ਮੰਮੀ ਨੂੰ ਜਿਹੜੀ ਗੱਲ ਕਹਿਣੀ ਆਪਣੀ ਮੰਮੀ ਨਾਲ ਕਰਿਆ ਕਰ। ਕਹਿਣੀਆਂ ਗੱਲਾਂ ਨੇਗੀਆਂ, ਕਰਨੀ ਤਾਂ ਮੰਦ ਵੀ ਹੈਗੀ। ਕੋਈ ਗੱਲ ਨਹੀਂ, ਮੈਂ ਚਾਹ ਆਉਂਦੀ ਹਾਂ ਡੈਡੀ ਕਹਿੰਦੇ ਪਾਠ ਕਰਾ ਲਓ, ਮੈਂ ਕਿਹਾ ਜੇ ਘਰੇ ਖੜੋਗੇ ਫੇਰ ਹੀ ਹੈ। ਹਾਂ, ਘਰੇ ਤਾਂ ਰਹਿਣਾ ਹੀ ਨਹੀਂ ਹੈਗਾ ਡੈਡੀ ਨੇ, ਲੋਕ ਸੇਵਾ ਥੋੜੀ ਜੀ ਸਾਈਡ ਤੇ ਰੱਖੋਗੇ ਫੇਰ ਆ, ਮੈਂ ਕਿਹਾ। ਹਾਂਜੀ, ਚੱਲ ਕੋਈ ਕੋਈ ਨਾ, ਗੱਲ ਨਹੀਂ, ਤੂੰ ਘਰ ਜਾ। ਹਾਂ, ਮੈਂ ਚਾਹ ਆਉਂਦੀ ਹਾਂ। ਚੱਲ ਮੈਂ ਵੀ ਕੱਪੜੇ ਕੁਪੜੇ ਧੋ ਲਾਂ। ਚਲੋ ਮਾਲਣ ਨੇ ਗੱਲ ਭਾਈ, ਜਾਉਣ ਦਾ ਫਿਰ ਵੀ ਪਊਗਾ ਜੀ। ਹਾਂਜੀ ਡੈਡੀ, ਬੁਲਾਇਆ ਤੁਸੀਂ? ਮੰਮੀ ਕਹਿ ਕੇ ਗਈ ਹੈ ਮੈਨੂੰ। ਉਹ ਮੰਮੀ ਦਾ ਕਹੀ ਆ ਪੁੱਤਾ, ਤੂੰ ਮੈਨੂੰ ਆ ਖੁੱਲ ਕੇ ਗੱਲ ਦੱਸ ਕੀ ਆ ਹੁਣ? ਤੂੰ ਐਂ ਕਰ, ਉਹ ਵੀ ਡਰਦੀ ਆ, ਉਹਦੇ ਕੋਲ ਵੀ ਗੱਲ ਘੱਟ ਹੀ ਕਰਿਆ ਕਰ, ਉਹ ਆ ਕੇ ਮੈਨੂੰ ਲੱਗ ਜਾਂਦੀ, ਤੂੰ ਉਹਨੂੰ ਕਹਿ ਜਾਂਦੀ, ਉਹ ਮੈਨੂੰ ਕਹਿ ਜਾਂਦੀ ਹੈ, ਜਿਹੜੀ ਗੱਲ ਹੁੰਦੀ ਹੈ ਮੈਨੂੰ ਦੱਸਿਆ ਕਰ। ਡੈਡੀ ਜੀ, ਤੁਹਾਨੂੰ ਵੀ ਤਾਂ ਮੈਂ ਦੱਸਿਆ ਹੀ ਸੀ, ਮੈਨੂੰ ਸੁਪਨਾ ਆਇਆ ਸੀਗਾ, ਉਹਦੇ ਕਰਕੇ ਮੈਂ ਥੋੜ੍ਹੀ ਜਿਹੀ ਇਹੋ ਸੀ। ਹੁਣ ਠੀਕ ਹੈ? ਪਹਿਲਾਂ ਦੱਸ ਪੁੱਤ ਤੂੰ ਮੈਨੂੰ। ਹਾਂ, ਹੁਣ ਠੀਕ ਹੈ। MLA ਦੀ ਕੁੜੀ ਹੋ ਕੇ ਤੇ ਸੁਖਣਾ ਤਾਂ ਡਰਦੇ ਹੈ, ਐ ਨਾ ਕਰਿਆ ਕਰ ਪੁੱਤਾ। ਡੈਡੀ, ਮੈਂ ਤੁਹਾਨੂੰ ਨਾ ਸੱਚੀ ਬਹੁਤ ਪਿਆਰ ਕਰਦੀ ਤੇ ਮੈਂ ਤੁਹਾਨੂੰ ਖੋਣ ਤੋਂ ਬਹੁਤ ਡਰਦੀ ਹਾਂ। ਓਹੋ, ਜੇ ਤੂੰ ਮੈਨੂੰ ਪਿਆਰ ਕਰਦੀ ਹੈ ਨਾ, ਉਹ ਦੇਖ ਆਪਣਾ ਪਰਮਾਤਮਾ ਹੈਗਾ ਨਾ, ਫਿਰ ਪਰਮਾਤਮਾ ਤੇ ਭਰੋਸਾ ਰੱਖ, ਆਪਾਂ ਨੂੰ ਕੁਝ ਨਹੀਂ ਹੁੰਦਾ ਹੈ। ਐ ਮੰਨ ਲਈ ਗੱਲ, ਜਿੱਦੇ ਗੋਲੀ ਵੱਜ ਗਈ ਉਹਦੇ ਐਂ ਗੱਲ ਮੰਨ ਲਈ ਵੀ ਪਰਮਾਤਮਾ ਨੇ ਅੱਜ ਇਹਦੀ ਨਹੀਂ ਲਿਖੀ ਸੀ, ਹੋਰ ਬੰਦਾ ਨਹੀਂ ਆਪਣੇ ਮਾਰ ਸਕਦਾ, ਉਹਦੇ ਲਿਖੀ ਵੀ ਸੀ ਮੇਰੀ ਗੱਲ। ਬਸ ਡੈਡੀ, ਇੱਦਾਂ ਕਾਹਤੋਂ ਕਰਨੇ ਹੋ ਤੁਸੀਂ? ਉਹ ਇੱਕ ਗੱਲ ਕਰਦਾ ਪੁੱਤ, ਹੁਣ ਮੈਂ ਤਾਂ ਨਹੀਂ ਕਹਿੰਦਾ ਮੇਰੀ ਕਿਹੜਾ ਬੱਜੀ ਜਾਂਦੀ ਹੈ ਵੀ ਆਈ ਮਾਰ ਤੂੰ ਕੋਈ, ਹਜੇ ਆਪਾਂ ਬਥੇਰੇ ਕੰਮ ਕਰਨੇ ਆ, ਤੇਰਾ ਵਿਆਹ ਕਰਨਾ, ਆਪਣੇ ਮੁੰਡੇ ਦਾ ਵਿਆਹ ਕਰਾਂਗੇ, ਹਜੇ ਕੰਮ ਆਪਣੇ ਬਥੇਰੇ ਪਏ, ਸਾਰੇ ਕਰਕੇ ਜਾਊਂਗਾ, ਬੇਫਿਕਰ ਆਏ ਨਹੀਂ ਆਪਾਂ ਮਰਦੇ। ਸਹੀ ਗੱਲ ਹੈ ਡੈਡੀ, ਚਲੋ ਹੁਣ ਤਾਂ ਮੈਂ ਤੁਹਾਨੂੰ ਕੁਛ ਕਹਿ ਵੀ ਨਹੀਂ ਸਕਦੀ, ਕਿਉਂਕਿ ਉਦੋਂ ਮੈਂ ਜਦੋਂ ਤੁਸੀਂ ਮੇਰੀ ਗੱਲ ਕਰਦੇ ਸੀ ਤੇਰਾ ਵਿਆਹ ਕਰਨ, ਮੈਂ ਪਹਿਲਾਂ ਗੱਲ ਕਰਨ ਲੱਗ ਜਾਂਦੀ ਸੀ, ਹਾਂ ਪਹਿਲਾਂ ਤੁਹਾਡਾ ਕਰਾਉਣਾ। ਹੁਣ ਤਾਂ ਤੇਰੇ ਵਿਆਹ ਬਾਕੀ ਪਿਆ ਵਿੱਚ, ਅੱਜ ਦੇਖ ਲਾ। ਕੋਈ ਨਹੀਂ, ਮੈਂ ਤਾਂ ਹਲੇ ਸੋਚੂਗੀ, ਹਲੇ ਤਾਂ ਬਖੈਰ ਕਰਾਉਣਾ ਨਹੀਂ ਹੈਗਾ, ਤੇ ਕੋਈ ਘਰ ਜਮਾਈ ਲੱਭ ਲਿਓ ਤੁਸੀਂ ਆਪਣੇ ਇੱਕ ਨਾ, ਕੱਲ ਰਿਸ਼ਤਾ ਆਇਆ ਪੁੱਤ, ਤੇ ਗੱਲ ਕਰ, ਜਾਣ ਤੇ ਲੱਗ ਜਾ ਕਰਨਗੇ 1.5-2 ਦਿਨ, ਦੂਰ ਤਾਂ ਨਹੀਂ ਕੋਈ। 1.5-2 ਦਿਨ? ਹਾਂ, ਕਿੱਥੇ? ਜਿੱਥੇ ਤੈਨੂੰ ਵਿਆਹੂੰਗਾ ਮੈਂ। ਕਿੱਥੇ? ਲੋਕੇਸ਼ਨ ਤਾਂ ਦੱਸੋ। ਲੋਕੇਸ਼ਨ ਆ ਰਾਜਸਥਾਨ ਦੇ ਪਰਲੇ ਪਾਸੇ ਆ। ਮੈਂ ਤਾਂ ਉਹੀ ਨਹੀਂ ਜਾਂਦੀ ਇੰਨੀ ਦੂਰ, ਮਗਰੋਂ ਮੇਰੇ ਡੈਡੀ ਦਾ ਕੌਣ ਧਿਆਨ ਰੱਖੂਗਾ? ਕਿਉਂ, ਮੈਂ ਨਹੀਂ ਜਾਂਦੀ। ਨਾਲੇ ਵਧੀਆ 2 ਮਹੀਨੇ ਤੋਂ ਤੈਨੂੰ ਤਾਂ ਗੇੜਾ ਮਾਰ ਕੇ ਜਾਏਗਾ। ਅੱਛਾ ਡੈਡੀ, ਤੁਸੀਂ ਮੈਨੂੰ ਗਲੋਂ ਲਾਉਣਾ ਚਾਹੁੰਦੇ ਹੋ? ਨਾ ਨਾ ਪੁੱਤਰਾ, ਗਲੋਂ ਆਦਿਤੀ ਸਾਨੂੰ ਕੋਈ ਗਲੋਂ ਲਾਉਂਦਾ ਹੁੰਦਾ? ਆ ਗੱਲ ਕੀ ਕਰਦੇ ਤੂੰ? ਫਿਰ ਤੁਸੀਂ ਆਪ ਹੀ ਕਹਿੰਦੇ ਨਾਲੇ ਵਧੀਆ 1.5-2 ਮਹੀਨੇ ਬਾਅਦ ਆਇਆ ਕਰੇਂਗੀ। ਉਹ ਤਾਂ ਬੰਦੇ ਚੰਗੇ ਸੀ, ਮੈਂ ਤਾਂ ਕਹਿਣਾ ਗਾ। ਨਹੀਂ, ਇੰਨੀ ਦੂਰ ਤਾਂ ਮੈਂ ਜਾਣਾ ਹੀ ਨਹੀਂ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੀ, ਮੈਂ ਘਰ ਜਮਾਈ ਰੱਖਾਂਗੀ ਆਪਾਂ, ਉਹਨੂੰ ਛੱਡ ਕੇ ਤਾਂ ਮੈਂ ਕਿਤੇ ਨਹੀਂ ਜਾਂਦੀ। ਉਹ ਮੈਨੂੰ ਸੱਚੋਂ ਗੱਲ ਦੱਸ ਦੇ, ਕਿਤੇ ਕੱਲ ਨੂੰ ਮੈਂ ਹਾਂ ਨਾ ਕਹਿ ਦਿਆਂ, ਆ ਤੂੰ ਸੱਚੋਂ ਕਹਿ ਰਹੀ ਨੋਰਮਲ ਗੱਲ, ਮੈਂ ਤਾਂ ਤੇਰੀ ਗੱਲ ਹੱਸੀ 'ਚ ਬਣਾਈ ਬੈਠਾਂਗਾ। ਡੈਡੀ ਸੱਚੀ ਕਹਿ ਰਹੀ ਹਾਂ, ਮੈਂ ਝੂਠ ਨਹੀਂ ਬੋਲਦੀ, ਜੇ ਤੁਹਾਨੂੰ ਮੈਂ ਪਹਿਲਾਂ ਵੀ ਇਹ ਸ਼ਰਤ ਤਾਂ ਮੈਂ ਪਹਿਲਾਂ ਦੀ ਰੱਖੀ ਹੋਈ ਹੈ, ਤੁਹਾਨੂੰ ਕਿਹੜਾ ਪਤਾ ਨਹੀਂ ਹੈਗਾ। ਅੱਛਾ ਜੀ,
ਹਾਂਜੀ ਭੁੱਲ ਜਾਂਦੇ ਹੋ ਨਾ ਥੋੜੀ, ਮੈਂ ਭੁੱਲਦਾ ਨਹੀਂ, ਮੈਂ ਤਾਂ ਕਹਿੰਦਾ ਨਾ ਜੇ ਚੌੜ ਕਰ ਲੱਗੇ ਨੇ ਮੇਰੇ ਨਾਲ ਚੌੜ ਨਹੀਂ ਕਰਦੀ ਡੈਡੀ, ਇਹੋ ਜਿਹੀ ਚੀਜ਼ਾਂ ਤੇ ਕਾਹਦੀ ਚੌੜ ਆ ਨਾ, ਜੇ ਕੋਈ ਨੇੜੇ ਪਿੰਡ ਮਿਲ ਗਿਆ ਫਿਰ ਤਾਂ ਚੱਲ ਜੂ, ਕੋਈ ਵੀ ਨਹੀਂ ਕੋਈ ਮਾੜੀ ਮੋਟੀ ਛੂਟ, ਕੋਈ ਛੂਟ ਨਹੀਂ, ਬਸ ਹਾਂ ਘਰ ਜਵਾਈ ਚਾਹੀਦਾ ਇੰਨੀ ਕੀ ਛੂਟ ਮੈਂ ਦੇ ਦੂੰਗੀ। ਆਈ ਨਹੀਂ ਤਾਂ ਜੋ ਆਪ ਬਾਜ਼ਾਰ ਤੋਂ ਸਾਬਣ ਲੈ ਕੇ ਆਉਣੇ ਆ ਜੇ ਚਾਰ ਦੇ ਨਾਲ ਇੱਕ ਫ੍ਰੀ ਨਹੀਂ ਮਿਲਦੀ, ਆ ਇਸ ਗੱਲ ਨਾਲ ਕੋਈ ਛੂਟ ਆ, ਉਹਦੇ ਨਾਲ ਉਹਦੀ ਮੰਮੀ ਆ ਸਕਦੀ ਆ ਫ੍ਰੀ, ਰਹਿਣ ਦੇ ਹਾਂ ਫਿਰ ਰਹਿਣ ਦੇ, ਮੈਂ ਪਹਿਲਾਂ ਤਾਂ ਗੱਲ ਹੀ ਠੀਕ ਹੈ, ਸੂਟ ਦੀ ਲੋੜ ਨਹੀਂ ਮੈਨੂੰ, ਮੰਮੀ ਵੀ ਨਾਲ ਆ ਜੂ ਕਹਿੰਦੀ ਸੂਟ। ਡੈਡੀ ਤੁਸੀਂ ਮੰਮੀ ਕਿਉਂ ਕਹਿੰਦੇ ਹੋ, ਤੁਹਾਨੂੰ ਕਿੰਨੀ ਵਾਰ ਜਾਂ ਤਾਂ ਮੋਮ ਕਹਿ ਦਿਆ ਕਰੋ ਜਾਂ ਮੰਮੀ ਕਹਿ ਦਿਆ ਕਰੋ, ਕੁਛ ਕਹਿ ਲਾ ਚਾਹੇ ਮੋਮ ਕਹਦੇ ਚਾਹੇ ਮੰਮੀ ਕਹਦੇ, ਆਊਗੀ ਤਾਂ ਨਾਲ ਹੀ, ਮੈਂ ਤਾਂ ਸੂਟ ਦੀ ਲੋੜ ਹੀ ਨਹੀਂ, ਪਹਿਲਾਂ ਦੀ ਗੱਲ ਮੈਨੂੰ ਮਨਜ਼ੂਰ ਆ। ਬਸ ਠੀਕ ਹੈ ਡੈਡੀ, ਆਹੋ ਚਲੋ ਤੁਸੀਂ ਇਹ ਗੱਲਾਂ ਛੱਡੋ, ਤੁਸੀਂ ਨਾ ਮਾੜਾ ਜਿਹਾ ਆਪਣਾ ਥੋੜਾ, ਜੇ ਦੁਬਾਰੇ ਮੈਂ ਤੈਨੂੰ ਆ ਗਿਆ ਤਾਂ ਹੋਰ ਸੂਟ, ਫਿਰ ਕਹਿੰਦੀ ਪਾਪਾ ਵੀ ਨਾਲ ਆ ਜੂਗਾ। ਹਾਂ ਫਿਰ ਆਬਵੀਅਸਲੀ ਉਹ ਤਾਂ ਫਿਰ ਨਾਲ ਆਣਗੇ ਹੀ, ਫਿਰ ਹੌਲੀ ਹੌਲੀ ਪੂਰੀ ਫੈਮਿਲੀ ਆ ਜੂਗੀ, ਜਿੰਨੀ ਛੂਟ ਮੰਗੀ ਜਾਊਗੀ ਉਨੀ ਮੈਂ ਕਟੌਤੀ ਕਰੀ ਜਾਊਂਗੀ ਇਧਰੋਂ। ਸਹੀ ਗੱਲ ਆ ਵੀ, ਮੇਰਾ ਦਿਮਾਗ ਆ ਸੱਚ ਕੋਈ ਕੰਮ ਨਹੀਂ ਕਰਦਾ, ਤੇਰਾ ਦਿਮਾਗ ਨਾ ਮੈਂ ਬਾਕੀ ਮੰਨ ਲਿਆ ਵੀ ਕੰਮ ਕਰਦਾ ਗਾ। ਪਰ ਡੈਡੀ ਕੁੜੀ ਵੀ ਤਾਂ ਥੋੜੀ ਆ। ਉਹ ਸਹੀ ਗੱਲ ਆ ਭਾਈ, ਗੱਲ ਮੰਨਣ ਵਾਲੀ, ਮੇਰਾ ਐਂ ਕਰ ਅੱਧੇ ਕੰਮ ਤੂੰ ਹੀ ਸੰਭਾਲ ਲੈਣਾ ਹਨਾ। ਵਧੀਆ, ਮੈਂ ਤਾਂ ਕਹਿੰਦੀ ਹਾਂ ਮੈਨੂੰ ਦਿਆ ਕਰੋ ਕੰਮ, ਬਲਦੀ ਬਲਕਿ ਮੇਰਾ ਬਾਹਰ ਜੋਪਾ ਜੁੱਪਾ ਭਾਲਦੀ ਫਿਰ ਉਹਨਾਂ ਤੋਂ ਕਰਾਉਣਾ ਵੀ ਆਹੀ ਕੰਮ ਸਾਂਭਲਾ, ਮੇਰਾ ਮੇਰਾ ਦਿਮਾਗ ਤਾਂ ਹੋ ਜੂ ਫਰੈਸ਼ ਹੋ ਜੂ, ਆ ਨਾਲ ਤੇਰੀ ਨਵੀਂ ਮੰਮੀ ਆਈ ਇਹਨੂੰ ਰੱਖ ਲਾ, ਅੱਧਾ ਕੁ ਕੰਮ ਇਹਨੂੰ ਦੇ ਦੇ, ਅੱਧਾ ਕੁ ਤੂੰ ਕਰ ਲਾ, ਬੈਠੇ ਕਰੀ ਜਾਇਆ ਕਰੋ। ਇਹਨਾਂ ਕੰਮ ਤਾਂ ਮੈਂ ਆਪ ਹੀ ਕਰ ਲਿਆ ਕਰੂੰ, ਮੰਮੀ ਦੀ ਕੀ ਲੋੜ ਹੈ, ਅੱਲਾ ਕਰੇ। ਮੰਮੀ ਨੂੰ ਹੋਰ ਕੰਮ ਘੱਟ ਹੁੰਦੇ ਨੇ ਘਰ 'ਚ, ਤੁਹਾਡੀ ਟੈਨਸ਼ਨ ਅੱਤ ਤੋਂ ਪਤਾ ਉਹ ਵੀ ਲਈ ਫਿਰਦੀ ਹੈ। ਚਲੋ ਉਹ ਵੀ ਮੈਨੂੰ ਇਹੀ ਗੱਲ ਕਹਿੰਦੇ, ਕਹਿੰਦੇ ਡੈਡੀ ਸੁਣਦੇ ਨਹੀਂ ਹੈਗੇ ਕਿਸੇ ਦੀ, ਵੀ ਹਰ ਕਿਸੇ ਦੇ ਯਕੀਨ ਕਰਕੇ ਬੈਠ ਜਾਂਦੇ ਹੋ। ਮੈਨੂੰ ਐਂ ਦਾ ਯਕੀਨ ਕਰਨਾ ਮਾੜਾ ਤਾਂ ਨਹੀਂ ਹੁੰਦਾ, ਮੈਂ ਤਾਂ ਯਕੀਨ ਭਲੇ ਲਈ ਕਰਦਾ, ਮੈਨੂੰ ਕੋਈ ਜਿਹੜਾ ਬੰਦੇ ਤੇ ਮੈਂ ਯਕੀਨ ਕਰਦਾ ਉਹੀ ਮੇਰਾ ਮਾੜਾ ਕਰ ਦੂ, ਪਰ ਇਹਦੇ 'ਚ ਮੇਰਾ ਕੀ ਗੁਨਾਹ ਵਾ? ਡੈਡੀ ਜੀ ਯਕੀਨ ਕਰਨਾ ਚਲੋ ਗਲਤ ਨਹੀਂ ਹੈਗਾ, ਪਰ ਤੁਹਾਨੂੰ ਬੰਦਾ ਤਾਂ ਪਰਖਣਾ ਆਉਣਾ ਚਾਹੀਦਾ ਨਾ, ਤੁਸੀਂ ਹਰ ਕਿਸੇ। ਓ ਰੱਬਾ, ਇਹ ਇੱਥੇ ਕਰਮ ਦਾ ਦੋ ਦੋ ਬਣੇ ਫਿਰਦੇ ਆ, ਉਧਰ ਸੋਨੀਆਂ ਦੋ ਬਣੀਆਂ ਫਿਰਦੀਆਂ, ਉਧਰ ਉਹ ਕੀ ਨਾਂ ਉਹਦਾ ਰਾਣੀ ਜਿਹੜੇ MLA ਮਾਰਤੀ ਉਹ ਦੋ ਬਣੇ ਫਿਰਦੀਆਂ, ਹੁਣ ਮੈਂ ਕਿੱਥੇ ਕਿੱਥੇ ਫਰਕ ਪਰਖੂਗਾ? MLA ਉਹ MLA ਜਿਹੜੀ ਤੂੰ ਕੱਲ ਆਈ ਸੀ ਉਹ ਵੀ ਦੋ ਹੀ ਆ, ਇੱਕ ਤਾਂ ਮਰ ਗਈ ਇੱਕ ਜਾਂਦੀ ਆ, ਇੱਥੇ ਤਾਂ ਮੈਂ ਮਾਰ ਖਾਈ ਜਾਂਦਾ, ਹੁਣ ਮੈਨੂੰ ਕੀ ਪਤਾ ਕਿਹੜੀ ਅਸਲੀ ਆ ਕਿਹੜੀ ਨਕਲੀ ਆ। ਉਹ ਤਾਂ ਇੱਕ ਹੀ ਇੰਨੀ ਖਤਰਨਾਕ ਆ, ਤੇ ਦੋ ਦੋ ਦਾ ਭਾਰ ਧਰਤੀ ਕਿਵੇਂ ਝੱਲੂਗੀ? ਜੇ ਧਰਤੀ ਭਾਰ ਨਹੀਂ ਚੱਲਦੀ ਤਾਂ ਹੀ ਤਾਂ ਬਾਕੀ ਨਾ ਹੀ ਨਹੀਂ ਪਤਾ ਕਿਹੜੀ ਵਾਗੀ ਵਿਚਾਰੀ ਚੰਗੀ ਵਾਗੀ ਕਿ ਮਾੜੀ ਵਾਗੀ। ਤੁਸੀਂ ਖਿਹੜਾ ਹੀ ਛੱਡ ਦਿਓ ਨਾ, ਤੁਸੀਂ ਲੈਣਾ ਕੀ ਆ ਉਹਨਾਂ ਤੋਂ, ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆਉਂਦੀ ਹੈਗੀ ਡੈਡੀ ਜੀ। ਉਹ ਤਾਂ ਜਿਹੜਾ ਬੰਦਾ ਇਹ ਕੰਮ ਕਰਦਾ ਇਹਨੂੰ ਚੰਗੇ ਬੰਦੇ ਨਾਲ ਵੀ ਮਿਲਣਾ ਪੈਂਦਾ, ਇਹਨੂੰ ਮਾੜੇ ਨਾਲ ਵੀ ਮਿਲਣਾ ਪੈਂਦਾ ਹੈ, ਕੰਮਾਂ 'ਚ ਜਾਣਾ ਪੈਂਦਾ ਹੈ, ਜੇ ਮੈਂ ਖਿਹੜਾ ਛੱਡ ਕੇ ਘਰੇ ਬਹਿ ਜੂ ਕੰਮ ਕਿਵੇਂ ਹੋਣਗੇ? ਤੇ ਉਹ ਸਮਾਜ ਇਹਦਾ ਹੁਣ ਹਾਲ ਚੱਲ, ਭਾਵੇਂ ਉਹ ਜਮਾਂ ਮਾੜੀ ਹੈ ਇਸ ਟਾਈਮ, ਉਹ ਸਮਾਜ ਸੇਵੀ ਬਣੀ ਬੈਠੀ ਹੈ, ਮੈਨੂੰ ਸਮਾਜ ਸੇਵੀ ਹੈ? ਤੁਹਾਨੂੰ ਕਿਵੇਂ ਪਤਾ? ਤੁਹਾਨੂੰ ਤੁਸੀਂ ਜਾ ਕੇ ਦੇਖ ਕੇ ਆਏ ਹੋ ਸੱਚੀ, ਤੁਹਾਨੂੰ ਅਸਲੀਅਤ ਦਾ ਪਤਾ ਵੀ ਹਾਂ ਉਹ ਸੱਚੀ ਸਮਾਜ ਸੇਵਿਕਾ ਹੈਗੀ ਹੈ ਕਿ ਨਹੀਂ? ਉਹ ਤਾਂ ਆਪਣੇ ਮੂੰਹੋਂ ਜਿਹੜਾ ਕੁਝ ਮਰਜ਼ੀ ਕਹੇ, ਤੁਸੀਂ ਮੈਨੂੰ ਪਹਿਲਾਂ ਇਹ ਗੱਲ ਦਾ ਜਵਾਬ ਦਿਓ। ਉਹ ਤਾਂ ਨਹੀਂ ਬਣੀ, ਜਿਹੜੀ ਉਹਦੀ ਭੈਣ ਸੀ, ਜਿਹੜੀ ਉਹਦੀ ਭੈਣ ਸੀ ਉਹ ਸਮਾਜ ਸੇਵੀ ਜਿਵੇਂ ਦਾ ਕੰਮ ਕਰਦੀ ਸੀ, ਉਦੋਂ ਇਕੱਠੀਆਂ ਸੀਗੀਆਂ, ਜਿਹੜੀ MLA ਸੀ MLA ਨਾਲ ਮੇਰੀ ਦੁਸ਼ਮਣੀ ਸੀ, ਹੁਣ ਮੈਨੂੰ ਆਏ ਨਹੀਂ ਪਤਾ ਲੱਗਿਆ, ਹੁਣ ਮੈਨੂੰ ਆਇਆ ਦਿਮਾਗ 'ਚ ਐਂ ਗੱਲ ਘੁੱਦੀ ਜਾਂਦੀ, ਮਰੀ ਕਿਹੜੀ ਆ, ਅਸਲੀ ਮਰ ਗਈ ਕਿ ਨਕਲੀ ਮਰ ਗਈ, ਇੱਕ ਇਹਨਾਂ 'ਚੋਂ ਚੰਗੀ ਸੀ ਇੱਕ ਮਾੜੀ ਸੀ, ਹੁਣ ਇਹ ਪਰਖ ਕਰਨੀ ਪਊ ਆਪਾਂ ਨੂੰ। ਫਿਰ ਮੈਂ ਉਹੀ ਤਾਂ ਤੁਹਾਨੂੰ ਕਹਿ ਰਹੀ ਹਾਂ ਵੀ ਤੁਹਾਨੂੰ ਤਾਂ ਇਹ ਵੀ ਨਹੀਂ ਹਾਲੇ ਤੱਕ ਪਤਾ ਹੈਗਾ ਵੀ ਕਿਹੜੀ ਸਹੀ ਸੀ, ਕਿਹੜੀ ਗਲਤ ਆ ਤੇ ਕਿਹੜੀ ਮਰੀ ਆ ਤੇ ਕਿਹੜੀ ਜਿਉਂਦੀ ਆ, ਤੁਹਾਨੂੰ ਤਾਂ ਕੁਝ ਵੀ ਨਹੀਂ ਪਤਾ ਉਹਦੇ ਬਾਰੇ, ਕੀ ਪਤਾ ਇਹ ਨੈਗੇਟਿਵ ਹੋਵੇ, ਜਿਹੜੀ ਮਰ ਗਈ ਉਹ ਪੋਜ਼ਿਟਿਵ ਹੋਵੇ। ਉਹੀ ਹੁਣ ਮੈਂ ਪਰਖ ਕਰੂੰਗਾ, ਹੁਣ ਕੱਲ ਇੱਥੇ ਆਈ ਸੀਗੀ, ਜਦੋਂ ਕੱਲ ਆਈ ਆ ਇਹ ਆਈ ਤਾਂ ਬੱਬੂ ਬਣ ਕੇ ਸੀ, ਕਹਿੰਦੀ ਮੈਂ ਬੱਬੂ ਆ, ਮੇਰੀ ਭੈਣ ਮਰ ਗਈ ਰਾਣੀ, ਜਿਹੜੀ ਰਾਣੀ ਸੀ ਉਹ MLA ਸੀ, ਜਦੋਂ ਇਹਨੂੰ ਐਂ ਕਿਹਾ ਬੱਬੂ ਨੂੰ ਐਂ ਕਿਹਾ, ਮੈਂ ਕਿਹਾ MLA ਸਾਹਿਬ ਜੀ ਗੱਲ ਸੁਣੋ ਮੇਰੀ, ਕਹਿੰਦੀ ਹਾਂ, ਮੈਂ ਤਾਂ ਐਂ ਕਹਿਣਾ ਉਹਨੇ ਐਂ ਕਿਉਂ ਨਹੀਂ ਕਿਹਾ ਵੀ ਮੈਂ MLA ਨਹੀਂ, ਮੈਂ ਵੀ ਗੱਲ ਚੱਕਰਾਂ ਜਿਹਾ ਪਿਆ ਪਿਆ, ਮੈਂ ਵੀ ਵੀ MLA ਤਾਂ ਮਰ ਗਈ, ਇਹ ਕਹਿੰਦੀ ਮੈਂ MLA ਨਹੀਂ, ਜਦੋਂ ਇਹਨੂੰ ਕੱਲ੍ਹ ਮੈਂ ਕਿਹਾ, ਮੈਂ ਕਿਹਾ MLA ਸਾਹਿਬ, ਕਹਿੰਦੀ ਹਾਂਜੀ, ਗੱਲ ਤਾਂ ਇੱਥੇ ਹੁਣ ਚੱਕਰ 'ਚ ਗੱਲ ਪਈ ਪਈ ਹੈ। ਫਿਰ ਜਿਹੜੀ MLA ਸੀ ਉਹਨੂੰ ਤਾਂ ਤੁਸੀਂ ਮਿਲੇ ਹੀ ਹੋਵੋਗੇ? ਉਹ ਤਾਂ ਮਿਲਿਆ ਤਾਂ ਸੀਗਾ,
ਜਮੀ ਇੱਕੋ ਜਿਹੀਆਂ ਠੀਕ ਹੈ ਜੇ ਇੱਕੋ ਜਿਹੇ ਨੇ ਫਿਰ ਤੁਹਾਨੂੰ ਉਹਦਾ ਕਰੈਕਟਰ ਦਾ ਪਤਾ ਕਿਹੋ ਜਿਹੀ ਸੀਗੀ ਉਹ ਮਤਲਬ ਵੀ ਸਹੀ ਸੀ ਕਿ ਉਹ ਵੀ ਇਦਾਂ ਜਿਹੜੀ MLA ਆ ਉਹ ਬਿਲਕੁਲ ਗਲਤ ਸੀ, ਜਿਹੜੀ ਸਮਾਜ ਸੇਵੀ ਬਣ ਕੇ ਆਪਣੇ ਗੱਲ ਘਰੇ ਆਈ ਆ ਉਹਦਾ ਕਰੈਕਟਰ ਸਹੀ ਸੀਗਾ, ਸਮਾਜ ਸੇਵੀ ਦਾ ਕਰੈਕਟਰ ਸਹੀ ਸੀਗਾ। ਹੁਣ ਇਹਦਾ ਐ ਨਾ ਜੇ ਜੇ ਕਿਤੇ ਇਹਨੇ ਚੰਗੀ ਮਰਵਾਤੀ ਹੋਈ ਤੇ ਆਪ ਵੱਧ ਸਮਾਜ ਸੇਵੀ ਬਣ ਗਈ ਹੋਈ, ਲੋਕਾਂ ਦੀ ਸਮਾਜ ਸੇਵੀ ਬਣ, ਇਹਦਾ ਵੀ ਨਾਂ ਬਹੁਤ ਚੱਲਦਾ ਗਾ, ਲੋਕਾਂ ਨੂੰ 20-20 ਲੱਖ 30-30 ਲੱਖ ਰੁਪਇਆ ਦਿੰਦੀ ਆ ਚੰਗੇ ਚੰਗੇ ਕੰਮਾਂ ਨੂੰ। ਡੈਡੀ ਜੀ ਫੇਰ ਉਹੀ ਗੱਲ, ਤੁਸੀਂ ਦੇਖ ਕੇ ਆਉਂਦੇ ਹੋ, ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਕਿ ਹਾਂ ਤੁਸੀਂ ਉਹਨੂੰ ਪੈਸੇ ਦਿੰਦੇ ਦਿੰਦੇ ਨੂੰ ਦੇਖਿਆ? ਨਹੀਂ ਉਹ ਤਾਂ ਜਦੋਂ ਦਿੰਦੀ, ਹੁਣ ਆਪਾਂ ਨੂੰ ਜੇ ਮੈਂ ਕੱਲ ਕਹਿ ਕੇ ਤੇ ਗਈ ਤੇਰੇ ਸਾਹਮਣੇ ਵੀ ਜੇ ਲੋੜ ਹੋਈ ਭਾਈ ਮੈਨੂੰ ਦੱਸ ਦੇ। ਕਹਿਣ ਨੂੰ ਤਾਂ ਡੈਡੀ ਜੀ ਮੈਂ ਬਹੁਤ ਕੁਝ ਕਹਿ ਸਕਦੀ ਹਾਂ ਤੁਹਾਡੇ ਕੋਲੇ ਆ ਕੇ ਫੇਰ। ਨਹੀਂ ਸਮਾਜ ਸੇਵੀ ਤਾਂ ਦਿੰਦੀ ਸੀਗੀ, ਉਹ ਨਹੀਂ ਦਿੰਦੀ ਸੀ MLA। ਫਿਰ ਮੈਂ ਡੈਡੀ ਤੁਹਾਨੂੰ ਉਹੀ ਤਾਂ ਕਹਿ ਰਹੀ, ਤੁਸੀਂ ਗੱਲ ਕਿਉਂ ਨਹੀਂ ਸਮਝ ਰਹੇ ਹੈਗੇ? ਤੁਸੀਂ ਚੰਗੀ ਤਰ੍ਹਾਂ ਕਨਫਰਮ ਕਰੋ ਵੀ ਇਹ ਹੈ ਕੌਣ। ਉੱਥੇ ਜੇ ਗੱਲ ਜਦੋਂ ਉਹਨੇ ਆਹ ਗੱਲ ਕਹੀ ਹੈ, ਮੈਂ ਉਹਦੀ ਦੋ ਬੰਦੇ ਲਾ ਤੇ ਵੀ ਇਹਦੀ ਪੂਰੀ ਡਿਟੇਲ ਲਓ, ਮੈਂ ਸੱਦ ਕੇ ਨਾ ਅਫਸਰ ਘਰੇ ਉਹਦੇ ਬਾਰ 'ਚ ਸਾਰਾ ਕੁਛ ਕਰ ਲਿਆ, ਲਾ ਤੀ ਇਨਕੁਆਇਰੀ ਲਾ ਤੀ, ਮੈਂ ਵੀ ਕਰੀ ਜਾਂਦਾ ਵੀ ਕੱਲ੍ਹ ਨੂੰ ਕਿਤੇ ਕੋਈ ਗੱਲ ਦਾ 19-21 ਨਾ ਹੋ ਜਾਵੇ, ਕੱਲ੍ਹ ਨੂੰ ਇਹ ਸਮਾਜ ਸੇਵੀ ਬਣ ਕੇ ਆ ਜੇ ਕਿਤੇ ਅੰਦਰ ਬੈਠੇ ਮੇਰੇ ਕੋਲ ਹੀ ਮਾਰ ਜੇ, ਦੂਜਾ ਬਤਾਓ ਜਾ ਲਾ ਕੇ ਆ ਜਿਹੜਾ ਖੜਕਾ ਵੀ ਨਹੀਂ ਕਰਦਾ ਬੋਲ ਕੇ ਨਿਕਲ ਜੇ ਸੈਂਸਰ ਵਾਲਾ। ਹਾਂ ਮੈਂ ਵੀ ਇੰਨਾ ਇੰਨਾ ਭੋਲਾ ਮੈਂ ਵੀ ਨਹੀਂ ਗਾ, ਮੈਂ ਵੀ ਕਰੀ ਜਾਂਦਾ ਅੰਦਰ ਅੰਦਰ ਹੀ ਕੰਮ, ਬਸ ਮੈਂ ਐਂ ਥੋੜ੍ਹਾ ਲੇਟ ਕਰਦਾ ਹੁੰਦਾ ਗਾ, ਉਦੋਂ ਆ ਮੇਰੇ ਬਾਅਦ ਹੱਥ 'ਚੋਂ ਆਵਾਜ਼ ਲੰਘ ਜਾਂਦੀ ਹੈ, ਬਸ ਮੇਰੇ 'ਚ ਆਹੀ ਖਾਸੀਅਤ ਆ, ਹੋਰ ਨਹੀਂ ਕੋਈ। ਇਹ ਵੀ ਖਾਸੀਅਤ ਕਾਹਦੀ ਹੈ, ਬਾਅਦ 'ਚ ਕੰਮ ਕਰਦੇ ਆ, ਤੁਸੀਂ ਥੋੜ੍ਹਾ ਪਹਿਲਾਂ ਸੋਚ ਲੈਂਦੇ ਹੋ। ਡੈਡੀ ਜੀ ਤੁਸੀਂ ਪਹਿਲਾਂ ਸਾਰਿਆਂ ਨੂੰ ਆਪਣੇ ਵਰਗਾ ਸਮਝ ਲੈਂਦੇ ਬਸ। ਚਲ ਪੁੱਤ ਨਹੀਂ ਸਮਝਿਆ ਕਰਦਾ ਮੈਂ ਨਾ, ਹੁਣ ਤੁਹਾਡੇ ਨਾਲ ਸੱਚੋਂ ਹੀ ਬਦਲ ਜੂਗਾ। ਬਸ ਇੱਕ ਹੋਰ ਗੱਲ, ਚਲ ਉਹ ਤਾਂ ਸਾਡੇ ਤਾਂ ਗੱਲਾਂ ਹੋ ਗਈਆਂ, ਹੋ ਆ ਗਏ, ਤੂੰ ਆਦੇ ਦਿਮਾਗ 'ਚ ਨਾ ਸਾਰੀਆਂ ਗੱਲਾਂ ਕਰ ਦੇ, ਕੱਢੀਂਗੇ ਨਾ। ਹਾਂਜੀ ਡੈਡੀ ਜੀ ਕੱਢਤੀ, ਤੂੰ ਟੈਨਸ਼ਨ ਨਹੀਂ ਲੈਣੀ ਪੱਕਾ, ਠੀਕ ਹੈ? ਬਸ ਦਿਮਾਗ 'ਚੋਂ ਕੱਢ ਦੇ, ਮੈਂ ਕਿਤੇ ਨਹੀਂ ਜਾਂਦਾ, ਬਸ ਤੈਨੂੰ ਕਹਿਤਾ ਜਦੋਂ ਜੇ ਮੈਂ ਇਹਨੂੰ ਮਿਲਣ ਜਾਊਂਗਾ ਪੱਕਾ ਤੈਨੂੰ ਤੇਰੇ ਨਾਲ ਵਾਅਦਾ ਰਿਹਾ, ਤੈਨੂੰ ਨਾਲ ਨਹੀਂ ਹੈਗਾ ਡੈਡੀ ਜੀ, ਨਹੀਂ ਜਾਣਾ, ਨਹੀਂ ਜਾਂਦਾ, ਨੋ ਟੈਨਸ਼ਨ, ਨਹੀਂ ਜਾਣਾ ਵੀ, ਬੰਦ ਕਰਤਾ, ਬਸ ਕਹਿਤਾ, ਕੈਂਸਲ ਕਰਤਾ, ਕਰਤਾ ਮੇਰੀ ਗਲਤੀ ਕਰਕੇ ਮੈਂ ਕਿਸੇ ਦੀ ਜ਼ਿੰਦਗੀ ਨਹੀਂ ਖਰਾਬ ਕਰਦਾ, ਨਾ ਮੈਂ ਆਪਦੀ ਕਰਾਂ, ਨਾ ਮੈਂ ਤੁਹਾਡੀ ਕਰਾਂ, ਨਾ ਹੋਰ ਕਿਸੇ ਦੀ ਕਰਾਂ, ਠੀਕ ਹੈ? ਚੱਲ ਕੋਈ ਗੱਲ ਨਹੀਂ, ਮੈਂ ਹੁਣ ਪੂਰਾ ਧਿਆਨ ਰੱਖਿਆ ਕਰੂੰਗਾ, ਜੇ ਮੈਂ ਬਾਹਰ ਜਾਊਂਗਾ ਪੂਰਾ ਬੰਦੋਬਸਤ ਕਰਕੇ ਜਾ ਕੇ ਲੈ ਕੇ, ਜੇ ਤੁਸੀਂ ਬਾਹਰ ਜਾਣਾ ਆਣਾ ਹੁੰਦਾ ਨਾ ਮੰਮੀ ਨੂੰ ਨਾਲ ਲੈ ਕੇ ਜਾਇਆ ਕਰੋ। ਚੱਲ ਠੀਕ ਹੈ ਜੀ, ਠੀਕ ਹੈ, ਠੀਕ, ਧੰਨਵਾਦ ਜੀ, ਮੈਂ ਮੰਮੀ ਨੂੰ ਕਹਿ ਦੂੰਗੀ, ਮੈਂ ਫਿਰ ਮੰਮੀ ਨੂੰ ਨਾਲ ਲੈ ਜਾ ਕਰੂੰਗਾ, ਜੇ ਕੋਈ ਗੋਲੀ ਮਾਰਨੀ ਹੋਈ ਇਹਨੂੰ ਕਹਿੰਦੇ ਤੂੰ ਮੂਰੇ ਮੂਰੇ ਰਹੀ, ਮੇਰੇ ਐਵੇਂ ਹੀ ਹੋ ਜੇ ਮੂਰੇ, ਕਿਉਂਕਿ ਗੱਲ ਮੈਨੂੰ ਤਾਂ ਦੋਨੇ ਹੀ ਸੇਫ ਚਾਹੀਦੇ ਹੋ ਤੁਸੀਂ। ਵਾਹ ਵਾਹ ਪੁੱਤ ਮੇਰਾ, ਵਾਹ ਸਹੀ ਗੱਲ ਆ ਪੁੱਤ, ਕੋਈ ਗੱਲ ਨਹੀਂ, ਕਾਹਨੂੰ ਮਾਰੇ ਪਰਮਾਤਮਾ ਕਿਸੇ ਤੇ ਨਹੀਂ ਮਾਰਦਾ, ਠੀਕ ਹੈ? ਚਲੋ ਠੀਕ ਹੈ ਡੈਡੀ ਜੀ, ਮੈਂ ਜਾਂਦੀ। ਕਿਆ ਪੁੱਤ, ਹੇ ਵਾਹਿਗੁਰੂ, ਹੇ ਮੇਰੇ ਪਰਮਾਤਮਾ, ਇਹ ਗੱਲਾਂ ਤਾਂ ਇਹ ਸਹੀ ਕਰਦੀ ਆ, ਤੇ ਜੇ ਮੈਂ ਹੁਣ ਇਹਦੇ ਮਗਰ ਲਾ ਕੇ ਬਹਿ ਗਿਆ ਫਿਰ ਕੰਮ ਨਹੀਂ ਹੁੰਦੇ, ਕੀ ਕਰਾਂ ਹੁਣ ਮੈਂ ਤਾਂ ਸਮਝ ਵਾਲੇ ਬਹਿ ਗਿਆ, ਜਿਹੜੇ ਮੇਰੇ ਹੁਣ ਭੈਣ ਭਰਾ ਡਿੱਗੀ ਜਾਂਦੇ ਆ, ਗਰੀਬ ਬੰਦੇ ਸਾਡੇ ਕੰਮ ਪਏ ਆ, ਉਹ ਤਾਂ ਕਰਨੇ ਪੈਣਗੇ ਨਾ, ਚੱਲ ਕੰਮ ਵੀ ਕਰਾਂਗੇ, ਇਹਨਾਂ ਦੇ ਵੀ ਮੰਨਾਂਗੇ, ਪਰਿਵਾਰ ਦੇ ਨਾਲ ਵੀ ਰਹਾਂਗੇ, ਸਾਰੇ ਕੰਮ ਕਰਾਂਗੇ, ਸੋਚ ਸਮਝ ਕੇ ਕਰਾਂਗੇ, ਬਸ ਆਹ ਗੱਲ ਹੈ, ਕੋਈ ਗੱਲ ਨਹੀਂ। ਹੁਣ ਜਾਂਦਾ ਜਾਂਦਾ ਨਾ ਉਹ ਬੇਬੇ ਕੋਲ ਹੋ ਕੇ ਜਾਂਦਾ, ਮਾਸੀ ਕੋਲ ਹੋ ਕੇ ਜਾਂਦਾ, ਉਹਨੂੰ ਸਮਝਾ ਕੇ ਜਾਂਦਾ ਵੀ ਇਹਨੂੰ ਨਿਗਾਹ ਰੱਖਿਆ ਦਾ ਇਹਨਾਂ ਦੀ, ਹੋਰ ਕੀ ਹੈ। ਵਾਹਿਗੁਰੂ, ਉਹ ਤਾਂ ਬੇਰੀ ਦਾ ਦਵਾਈ ਪਾਈ ਕੰਮ ਦੇ ਹੀ ਗਈ, ਬੇਰ ਬਹੁਤ ਸੋਹਣੇ ਲੱਗੇ ਪਏ ਆ, ਮੈਂ ਪਤਾ ਨਹੀਂ ਸੀ ਯਾਰ ਨੇ ਇਹਦੇ 'ਚ ਨਾ ਦਵਾਈ ਪਾਈ ਸੀਗੀ, ਤੇ ਦਵਾਈ ਪਾ ਕੇ ਦੇਖੇ ਫਲ ਵਧੀਆ ਚੱਕ ਲਿਆ, ਕਹਿੰਦੇ ਜੇ ਫਲ ਵਧੀਆ ਚੱਕ ਲਏ ਤਾਂ ਸਮਾਂ ਵਧੀਆ ਹੁੰਦਾ ਹੈ ਨਾ, ਸਮਾਂ ਵਧੀਆ ਲੱਗਦਾ ਹੁੰਦਾ, ਤੇ ਮੈਨੂੰ ਆਇਆ ਵੀ ਜੇ ਵਧੀਆ ਵਧੀਆ ਜੇ ਮੈਂ ਮਨੂ ਵਾਸਤੇ ਵੇਰ ਦਾ ਜੇ ਤੋੜ ਕੇ
ਦੇਖ ਲਾ ਇਹ ਕਾ ਖਰਾਬ ਤਾਂ ਨਹੀਂ ਕਰਦੇ ਕੱਚੇ ਤਾਂ ਨਹੀਂ ਵਾਲੇ ਨਹੀਂ ਨਹੀਂ ਕੱਚੇ ਨਹੀਂ ਗਏ ਠੀਕ ਆ ਤਾਂ ਵਧੀਆ ਜਵਾਕ ਤਾਂ ਹਜੇ ਖਾ ਹੀ ਲੈਂਦੇ ਇੱਕ ਮੇਰੇ ਵਰਗੇ ਸਿਆਣੇ ਤਾਂ ਖਾਦੇ ਨਹੀਂ ਆਉਂਦੇ ਤੇ ਨਿਆਣੇ ਤਾਂ ਇਹ ਚੀਜ਼ ਖਾ ਲੈਂਦੇ ਕੱਚੀ ਪੀਲੀ ਉਹਨਾਂ ਨੂੰ ਸਭ ਪਸੰਦ ਹੁੰਦੀ ਹੈ ਹਾਂ ਉਹ ਤਾਂ ਤੇਰੀ ਗੱਲ ਹਾਂ ਹਾਂ ਬੱਚੇ ਤਾਂ ਖਾ ਲੈਂਦੇ ਆ ਕਿਉਂ ਜਦੋਂ ਆਪਾਂ ਦੇਖੋ ਬੱਚਿਆਂ ਵਰਗੇ ਹੁੰਦੇ ਚੱਲ ਤੂੰ ਮੇਰੇ ਤੇ ਲਾ ਲਾ ਤੇਰੇ ਤਾਂ ਫਿਰ ਤੂੰ ਮਰਾਈ ਛੋਟੂ ਹੀ ਹੈ ਹੁਣ ਮੈਂ ਜਦੋਂ ਹੁੰਦੀ ਸੀ ਮੈਂ ਕੁਛ ਨਹੀਂ ਸੜਦੀ ਚੱਲ ਤੂੰ ਇਹ ਤਾਂ ਤੋੜ ਲਈ ਮੈਂ ਉਹਦੇ ਮਾਂ ਮਾਂ ਤੇਰੇ ਨਾਲ ਗੱਲ ਕਰਨੀ ਮੈਂ ਹਾਂ ਚੱਲ ਪੁੱਤ ਉਰੇ ਜਾ ਸਾਹਮਣੇ ਜਿੱਥੇ ਧੁੱਪ ਵਾਰੀ ਆ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਤੇਰੇ ਕੋਲ ਤਾਂ ਆਇਆ ਸੀਗਾ ਅੱਛਾ ਪੁੱਤ ਮੈਂ ਕਿਹਾ ਇਹਨੂੰ ਮਨੂ ਨੂੰ ਮਾੜਾ ਸਮਝਾਈ ਮਾੜੀ ਮਾੜੀ ਗੱਲ ਤੇ ਜਿਵੇਂ ਹੁਣ ਮੈਂ ਬਾਹਰ ਜਾਂਦਾ ਜਾਂ ਕੋਈ ਬੰਦਾ ਮਿਲਣ ਨਾ ਆਜੇ ਤੂੰ ਕਦੇ ਆਹੋ ਕਰ ਵੀ ਇਹਨੂੰ ਐਂ ਲੱਗੀ ਜਾਂਦਾ ਹੁੰਦਾ ਵੀ ਮੇਰੇ ਡੈਡੀ ਨੂੰ ਕੋਈ ਕੁਛ ਕਰ ਨਾ ਦੇਵੇ ਆਪਣੇ ਜਾਣੇ ਤਾਂ ਕਰਦੀ ਤਾਂ ਗੱਲ ਸਹੀ ਆ ਉਹ ਤੇ ਤੈਨੂੰ ਵੀ ਫਿਰ ਵੀ ਆਏ ਜਾਏ ਬਣਦਾ ਬਾਹਰ ਸਰਦਾ ਨਹੀਂ ਉਹ ਨਾ ਪਤਾ ਕੀ ਹੈ ਪੁੱਤ ਹੁਣ ਜਿਹੜਾ ਮਾਹੌਲ ਦੇਖੀ ਜਾਂਦੀ ਹੈ ਗੱਲਾਂ ਬਾਤਾਂ ਸੁਣਦੀ ਆ ਬਾਹਰ ਆਪਦੇ ਜਾਣੇ ਤਾਂ ਉਹ ਤਾਂ ਕਰਦੀ ਹੈ ਸੱਚੀ ਗੱਲ ਆਪਦੀ ਸੱਚਾਈ ਤੇ ਵੀ ਸੋਚ ਕਰਦੀ ਹੈ ਤੇਰੀ ਹੈ ਤੇ ਤੈਨੂੰ ਐਂ ਜੇ ਲੱਗਦਾ ਵੀ ਮਨੂ ਮੈਨੂੰ ਕਿਉਂ ਕਹਿੰਦੀ ਹੈ ਨਹੀਂ ਨਹੀਂ ਮੈਨੂੰ ਐਂ ਨਹੀਂ ਲੱਗਦਾ ਕਿਉਂ ਕਹਿੰਦੀ ਹੈ ਮੈਨੂੰ ਐਂ ਤਾਂ ਪਤਾ ਵੀ ਸੋਚ ਕਰਦੀ ਹੈ ਮੈਨੂੰ ਐਂ ਲੱਗੀ ਜਾਂਦਾ ਵੀ ਸੋਚ ਜ਼ਿਆਦਾ ਕਰੀ ਜਾਂਦੇ ਉਹਦੇ ਦਿਮਾਗ ਤੇ ਟੈਨਸ਼ਨ ਨਾ ਪੈ ਜਾਏ ਕੋਈ ਕਾਹਨੂੰ ਕੋਈ ਨਹੀਂ ਇੰਨੀ ਤਾਂ ਮੈਂ ਉਹਨੂੰ ਕਹੂੰਗੀ ਸਮਝਾ ਦੂੰਗੀ ਵੀ ਕੋਈ ਨਹੀਂ ਪੁੱਤ ਜਦੋਂ ਫਿਰ ਇਹਨੇ ਸਭ ਦੇ ਫੈਸਲੇ ਕਰੇ ਆ ਤਾਂ ਬਾਹਰੋਂ ਤਾਂ ਜਾਣੀ ਪਊਗਾ ਦੇਖਭਾਲ ਕਰਨੀ ਪਊਗੀ ਹਾਂ ਸੋਚ ਦੀ ਕੋਈ ਗੱਲ ਨਹੀਂ ਸੋਚ ਤਾਂ ਮੈਨੂੰ ਵੀ ਪਤਾ ਮੈਨੂੰ ਤਾਂ ਹੀ ਕਹਿੰਦੀ ਆ ਉਹ ਜੇ ਉਹਨੂੰ ਮੇਰੀ ਲੋੜ ਆ ਉਹ ਕਹਿੰਦੀ ਵੀ ਜੇ ਕਾਹਨੂੰ ਤੈਨੂੰ ਕੁਛ ਹੋਗਾ ਸਾਡਾ ਕੌਣ ਆ ਕੌਣ ਆ ਇਹ ਤਾਂ ਪਹਿਲਾਂ ਹਾਂ ਉਹ ਤਾਂ ਕਰਕੇ ਵੀ ਗੱਲ ਦਿਲ ਤੇ ਵਾਹੀ ਬੈਠੀ ਆ ਕੱਲ ਹੀ ਗੱਲ ਦੱਸਦਾ ਤੈਨੂੰ ਮੈਂ ਅੱਛਾ ਕੱਲ ਜਦੋਂ ਉਹਨੂੰ ਸੁਪਨਾ ਆ ਗਿਆ ਰਾਤ ਨੂੰ ਕੋਈ ਉਹੀ ਤੜਕੇ ਬੁੜੀ ਉਹ ਬੁੜੀ ਨੇ ਕਿਤੇ ਸੁਪਨੇ 'ਚ ਗੋਲੀ ਮੇਰੇ ਮਾਰਤੀ ਅੱਛਾ ਉਹੀ ਤੜਕੇ ਕਿਤੇ ਮੈਨੂੰ ਮਿਲਣ ਆ ਗਈ ਤੇ ਉਸ ਨੂੰ ਜਦੋਂ ਮਿਲਣ ਆ ਗਈ ਕੋਲੇ ਜਦੋਂ ਮੈਂ ਆ ਕੇ ਕਿਹਾ ਵੀ ਤੇਰੇ ਸਤਿ ਸ੍ਰੀ ਅਕਾਲ ਬੁਲਾਇਆ ਨੂੰ ਸ ਐਂ ਕਰੇ ਕਿੰਨੇ ਚਿਰ 'ਚ ਬੁਲਾਈ ਮੈਂ ਤੂੰ ਸਤਿ ਸ੍ਰੀ ਅਕਾਲ ਤੋਂ ਕਦੇ ਬੁਲਾਉਂਦੀ ਮੈਨੂੰ ਕੋਈ ਤਾਂ ਵੀ ਇਹਨੇ ਸੁਪਨੇ 'ਚ ਕੀ ਦੇਖ ਲਿਆ ਉਦੋਂ ਬਾਅਦ ਮੈਂ ਮਹਾਂ ਚਲ ਅਸੀਂ ਅੰਦਰ ਚੱਲਦੇ ਹਾਂ ਕਹਿੰਦੇ ਜਿਹੜੇ ਮੈਂ ਵੀ ਤੇਰੇ ਨਾਲ ਹੀ ਜਾਊਂਗੀ ਆ ਕੇ ਮੇਰੇ ਕੋਲ ਬਹਿਗੀ ਨਾ ਇੱਕ ਮਿੰਟ ਨਹੀਂ ਬਸ ਇਹ ਵੀ ਕਿਤੇ ਤੇ ਗੋਲੀ ਨਾ ਮਾਰ ਦੇ ਉਦੋਂ ਬਾਅਦ ਫਿਰ ਹੱਥ ਨੇ ਗੱਲ ਪੁੱਛੀ ਮੈਂ ਕੀ ਗੱਲ ਹੋ ਗਈ ਤੇ ਮਾਮਾ ਮਾਮੀ ਨੂੰ ਕਿਹਾ ਮੈਂ ਤੁਸੀਂ ਆਏ ਉਹਨਾਂ ਨੇ ਆ ਕੇ ਗੱਲਬਾਤ ਪੁੱਛੀ ਫਿਰ ਦੱਸਿਆ ਵੀ ਕਾ ਬੁੜੀ ਮੈਨੂੰ ਸੁਪਨਾ ਆਇਆ ਸੀ ਸੁਪਨੇ 'ਚ ਡੈਡੀ ਦੀ ਗੋਲੀ ਮਾਰ ਗਈ ਤਾਂ ਮੈਂ ਕੋਲੇ ਬੈਠੀ ਰਹੀ ਹਾਂ ਵੀ ਇਹ ਗੱਲਾਂ ਦਿਮਾਗ ਤੇ ਲਾਈ ਬੈਠੀ ਨਾ ਉਹ ਤਾਂ ਮੈਂ ਕਹਿ ਦੂੰ ਉਹ ਪਤਾ ਕੀ ਹੁੰਦਾ ਉਹ ਬੱਚਿਆਂ ਨੂੰ ਜੇ ਕੋਈ ਸੁਪਨਾ ਆ ਜੇ ਰਾਤ ਨੂੰ ਉਹ ਤੜਕੇ ਨੂੰ ਆਇਆ ਹੋਇਆ ਹੁੰਦਾ ਖਬ ਨਹੀਂ ਵੀ ਇਹ ਸੱਚੀ ਗੱਲ ਹੈਗੀ ਬਸ ਉਹ ਦਿਮਾਗ ਤੇ ਗੱਲ ਕਰ ਗਈ ਉਹ ਕੋਈ ਨਹੀਂ ਮੈਂ ਸਮਝਾ ਦੂੰ ਤੇ ਪਰ ਦੇਖ ਆਪਣਾ ਪਰਮਾਤਮਾ ਆਪਣਾ ਬਾਲ ਬਿੰਗਾ ਨਹੀਂ ਹੁੰਦਾ ਆਈ ਇਹ ਕਹਿੰਦੀ ਹੈ ਕਹਿੰਦੀ ਹੁਣ ਆਪਣਾ ਪਰਿਵਾਰ ਸਾਰਾ ਦੁਬਾਰੇ ਵਧੀਆ ਇਕੱਠਾ ਹੋਇਆ ਵਧੀਆ ਜੋੜਿਆਗਾ ਵੀ ਮੈਨੂੰ ਐ ਕੋਈ ਗੱਲ ਨਾ ਹੋ ਜੂ ਬਸ ਆਹ ਗੱਲ ਮੈਂ ਕੁਛ ਨਹੀਂ ਪਰਮਾਤਮਾ ਆਪਣੇ ਨਾਲ ਹੈ ਨਾ ਹਾਂ ਇਹ ਤਾਂ ਹੈ ਜੋ ਪਰਮਾਤਮਾ ਦੀ ਕਿਰਪਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਪਰਮਾਤਮਾ ਹੀ ਤੋੜਨ ਵਾਲਾ ਹੈਗਾ ਤੇ ਉਹੀ ਜੋੜਨ ਵਾਲਾ ਹੈਗਾ ਕਹਿੰਦੇ ਮਾਰਨ ਵਾਲੇ ਰੱਖਾ ਬਲੀ ਹੈ ਬਸ ਵੱਡੀ ਗੱਲ ਤਾਂ ਹੁੰਦੀ ਵੱਡੀ ਗੱਲ ਇਹ ਹੁੰਦੀ ਹੈ ਬਸ ਜਿੱਥੇ ਪਰਮਾਤਮਾ ਦਾ ਉੱਥੇ ਸਾਰਾ ਕੁਝ ਹੀ ਹੈ ਜਿਹਦਾ ਸਾਰਾ ਦਿਨ ਆਪਾਂ ਤਾਂ ਉਹੀ ਗੱਲ ਇੱਕ ਟਾਈਮ ਰੋਟੀ ਨਹੀਂ ਖਾਂਦੇ ਪਰਮਾਤਮਾ ਨੂੰ ਯਾਦ ਰੱਖਦੇ ਆ ਤੇ ਆਪਾਂ ਨੂੰ ਕੁਛ ਨਹੀਂ ਹੁੰਦਾ ਕੋ ਜਿੱਥੇ ਮਰਜ਼ੀ ਤੁਰੇ ਫਿਰ ਗਏ ਵੀ ਤੜਕ ਹੋ ਗਏ ਆਪਾਂ ਚਲ ਆਹ ਤੇਰੀ ਗੱਲ ਤਾਂ ਠੀਕ ਹੈ ਮਾਸੀ ਚਲ ਕੋਈ ਗੱਲ ਨਹੀਂ ਤੂੰ ਸਮਝਾ ਦੇ ਮਾੜਾ ਸਮਝਾ ਦਿਓ ਨਾ ਨਾ ਕੋਈ ਨਹੀਂ ਉਹ ਮੈਂ ਕਹੂੰਗੀ ਉਹ ਤਾਂ ਮੈਂ ਆਪੇ ਸਮਝਾ ਦੂੰ ਕੋਈ ਨਹੀਂ ਚਲ ਆ ਜਦੋਂ ਲੈ ਕੇ ਗਏ ਨੇ ਉਹਦੇ ਕੋਲ ਫੇਰ ਜਦੋਂ ਉਹਦੀ ਸਮਝਾਈ ਮਾੜਾ ਹਾਂ ਹਾਂ ਉਹ ਮੈਂ ਕਹੂੰ ਉਹਨੂੰ ਕੋਈ ਨਹੀਂ ਪਤਾ ਉਹਦੀ ਠੀਕ ਹੈ ਚਲ ਕੋਈ ਗੱਲ ਨੂੰ ਤੋੜ ਲਾ ਦੇ ਚੰਗਾ ਨਾ ਮੇਰੀ ਪੋਤੀ ਵਾਸਤੇ ਤੋੜਾਂ ਬੇਰ ਮੈਂ ਤਾਂ ਹੈ ਰਾਜਨਾਥ ਸਿੰਘ ਮਿਨਿਸਟਰ ਆਫ ਹੋਮ ਅਫੇਅਰ ਪੜੀ ਜਾਂਦਾ ਪਤਾ ਹਾਂਜੀ ਨਾਨੀ ਇੱਥੇ ਬਹਿ ਜਾ ਤੁਸੀਂ ਕੁਰਸੀ ਤੇ ਨਾ ਕੋਈ ਨਹੀਂ ਪੁੱਤ ਤੂੰ ਬੈਠ ਤੂੰ ਪੜ ਬਹਿ ਕੇ ਤੂੰ ਬੈਠ ਮੈਂ ਕਿਹਾ ਬਹਿ ਜਾ ਤੈਨੂੰ ਪਤਾ ਪੁਰਾਣੀਆਂ ਬੁੜੀਆਂ ਤਾਂ ਸੁਭਾਗ ਆ ਜੇ ਇੱਟ ਮਿਲਗੀ ਤਾਂ ਇੱਟ ਤੇ ਬਹਿਗਾ ਪੀੜੀ ਮਿਲਗੀ ਤਾਂ ਪੀੜੀ ਤੇ ਬਹਿਗਾ ਤੇ ਮਨ ਪੁੱਤਾ ਹਨ ਮੈਂ ਬੇਰ ਲੈ ਤੇਰੇ ਵਾਸਤੇ ਦੇਖਿਆ ਆਪਣੇ ਬੇਰ ਲੱਗੇ ਹੋਏ ਆ ਮੈਨੂੰ ਤਾਂ ਪਹਿਲਾਂ ਜਾਣ ਸਾਰਿਆ ਹੋਇਆ ਮੈਂ ਮੇਰੇ ਮਨੂ ਵਾਸਤੇ ਬੇਰ ਤੋੜਨਾ ਮੈਂ ਕੋਈ ਗੱਲ ਨਹੀਂ ਨਾਨੀ ਮੈਂ ਫੇਰ ਖਾ ਲੂੰਗੀ ਠੀਕ ਹੈ ਤੇ ਹੋਰ ਪੁੱਤ ਪੜਾਈ ਬੜੀ ਵਧੀਆ ਚੱਲੀ ਜਾਂਦੀ ਤੇਰੀ ਹਾਂਜੀ ਸਹੀ ਚੱਲੀ ਜਾਂਦੀ ਆ ਹਾਂਜੀ ਮੈਂ ਨਾ ਪੁੱਤ ਉਹ ਗੱਲ ਸੁਣ ਮੇਰੀ ਇੱਕ ਮੈਂ ਤੈਨੂੰ ਇਹ ਕਹਿੰਦੀ ਸੀ ਵੀ ਤੇ ਡੈਡੀ ਦੀ ਸੋਚ ਬਾਹਲੀ ਕਾਹ ਤੋਂ ਕਰਦੀ ਹੁੰਦੀ ਆ ਤੂੰ ਉਹ ਜੇ ਕਿਤੇ ਤੈਨੂੰ ਮਾੜਾ ਮੋਟਾ ਸੁਪਨਾ ਆ ਜਾਂਦਾ ਫਿਰ ਸੁਪਨੇ ਦਾ ਕੀ ਹੁੰਦਾ ਪੁੱਤ ਨਾਨੀ ਜੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਕਿਉਂ ਕਰਦੀ ਆ ਮੈਂ ਡੈਡੀ ਨੂੰ ਬਹੁਤ ਪਿਆਰ ਕਰਦੀ ਆ ਮੈਂ ਪੋਣਾ ਨਹੀਂ ਚਾਹੁੰਦੀ ਮੈਂ ਤਾਂ ਕਰਕੇ ਨਾ ਘਬਰਾ ਜੀ ਗਈ ਸੀ ਇੱਕਦਮ ਕੁਛ ਨਾਨੀ ਮੇਰੇ ਨਾਲ ਹੋਇਆ ਵੀ ਉਸ ਦਿਨ ਉਹ ਜਿਹਾ ਕੁਛ ਉਹ ਜਿਹੇ ਕੱਪੜੇ ਉਹਨਾਂ ਦੇ ਪਾਏ ਹੋਏ
ਸੁਪਨੇ ਦੇ ਮਗਰ ਨੀ ਪੁੱਤ ਲੱਗੀ ਦਾ ਹੁੰਦਾ, ਪਰਮਾਤਮਾ ਦਾ ਹੱਥ ਆ ਕੁਛ ਨੀ ਹੁੰਦਾ। ਠੀਕ ਹੈ ਨਾਨੀ ਜੀ, ਕੋਈ ਗੱਲ ਨੀ, ਤੂੰ ਬਾਹਰ ਟੈਨਸ਼ਨ ਨਾ ਲਿਆ ਕਰ ਪੁੱਤ, ਚੰਗਾ? ਕੋਈ ਗੱਲ ਨਾ ਨੀ, ਸਮਝਾਤਾ ਸੀ ਮੈਨੂੰ ਡੈਡੀ ਨੇ ਵੀ, ਮੰਮੀ ਨੇ ਵੀ ਸਮਝਾਤਾ ਸੀਗਾ। ਬਾਹਰ ਟੈਨਸ਼ਨ ਚ ਰਹਿੰਦੀ ਤਾਂ ਮੇਰੇ ਤੇ ਟੈਨਸ਼ਨ ਨਾ ਰੱਖਿਆ ਕਰ ਇੰਨੀ। ਨਾ ਕੋਈ ਗੱਲ ਨੀ ਨਾਨੀ ਜੀ, ਖੁਸ਼ ਖੁਸ਼ ਰਿਹਾ ਕਰ। ਠੀਕ ਹੈ ਨਾਨੀ। ਹਾਂ ਹਾਂ, ਤੇ ਹੋਰ ਫਿਰ ਕੁਛ ਖਾਣਾ ਪੀਣਾ ਲਿਆ ਮੈਂ ਬਣਾ ਕੇ? ਮੈਂ ਨਾ ਨਾਨੀ, ਮੇਰਾ ਤਾਂ ਮੈਂ ਉੱਥੇ ਗਲਾਸ ਰੱਖੇ ਸੀ ਪਾਣੀ ਦਾ, ਮੈਨੂੰ ਕੋਈ ਗੱਲ ਨੀ, ਉਹ ਲਿਆ ਦਿਓ। ਮੈਂ ਆਂਦੀ ਆਂਦੀ ਨਾ ਇੱਥੇ ਆ ਕੇ ਬੈਠ ਗਈ ਪਾਣੀ ਪੀਂਦੀ ਪੀਂਦੀ, ਮੈਂ ਇੱਧਰ ਨੂੰ ਆ ਗਈ, ਤੁਸੀਂ ਉੱਥੇ ਮੈਨੂੰ ਦਿਖੇ ਨੀ ਹੈਗੇ। ਅੱਛਾ ਫਿਰ ਮੈਂ ਲੈ ਦੂੰ। ਹਾਂ ਮੈਨੂੰ ਕੋਈ ਨੀ, ਮੈਂ ਲੈ ਨਹੀਂ, ਚੰਗਾ ਪੁੱਤ, ਚੰਗਾ। ਠੀਕ ਹੈ ਨਾਨੀ, ਲਿਆ ਲਿਆ ਬਸ। ਓਏ ਆਇਆ ਮੱਛੀ, ਸਿੱਧੀ ਗੱਲ ਟਕਾ ਕੇ ਟਕਾ ਟਕਾ ਪਾਣੀ ਪਾ ਲਓ ਵਾਲ ਗਈਆਂ ਮੱਛੀ ਵਾਲੇ ਪਾਣੀ ਪੀਵੇਂ ਜਵਾਨੋ। ਠੀਕ ਠਾਕ ਜੀ, ਵਧੀਆ, ਤੁਸੀਂ ਸੁਣਾਓ? ਹੋ ਠੀਕ ਆ? ਠੀਕ ਠਾਕ ਜੀ, ਬੜਾ ਸਮਾਨ ਸਮਾਨ ਵਧੀਆ। ਹਾਂ ਸਮਾਨ ਵਧੀਆ ਓਕੇ ਕਰਿਆ ਪਿਆ ਜੀ, ਇੱਧਰ ਜੀ ਇੱਧਰ ਦੇਖੋ ਜੀ, ਉਹ ਤਾਂ ਕਰਿਆ ਪਿਆ ਪੂਰਾ ਵਧੀਆ ਵਧੀਆ ਬਣਾ ਦੇ, ਪੂਰਾ ਵਧੀਆ ਜੀ, ਲੋੜ ਹੋਈ ਮੰਗਵਾ ਲਈ। ਠੀਕ ਹੈ ਜੀ, ਠੀਕ ਆ ਠੀਕ ਆ ਠੀਕ ਆ, ਚਲੋ ਜੀ ਬੜਾ ਜੀ ਲੈਂਦੇ ਨਾ, ਬਾਕੀ ਸਾਰਾ ਸਮਾਨ ਲਿਆਂਦਾ ਪਿਆ ਜੀ। ਹਾਂ ਓਕੇ ਓਕੇ। ਮੈਨੂੰ ਮੇਰੇ ਤਾਂ ਨਾ ਉੱਥੋਂ ਸੂਟ ਵਧੀਆ ਨਹੀਂ ਸਟਿਚ ਕੀਤੇ ਗਏ ਹੈਗੇ, ਘਰੇ ਸਿਉਣਾ ਲਾਈਆਂ ਪਈਆਂ ਮੈਂ ਤਾਂ। ਫਿਰ ਤੁਸੀਂ ਤਾਂ ਮੰਮੀ ਆਪ ਹੀ ਬਣਾ ਲੈਂਦੇ ਹੋ, ਆਪ ਹੀ ਸਿਲਾਈ ਕਰ ਲਓ। ਕੀ ਕਰਾਂ ਸਿਲਾਈ, ਨੀਂਗਾਂ ਦੀ ਪ੍ਰੋਬਲਮ ਆ ਮੈਨੂੰ। ਨਾ ਕੁਛ ਨਹੀਂ ਹੁੰਦਾ ਜਿਹੋ ਜਿਹਾ। ਓਏ ਹਾਏ, ਕੀ ਹੋ ਗਿਆ? ਸਰਪ੍ਰਾਈਜ਼ ਖੁਸ਼ੀ ਖੁਸ਼ੀ ਦੀ ਗੱਲ। ਕੀ ਹੋ ਗਿਆ ਡੈਡੀ ਜੀ? ਹੁਣ ਲੈ ਮਾਂ ਕਹ ਮੇਰੀ ਧੀ ਖੁਸ਼ ਹੋਊਗੀ, ਕਹਿੰਦੀ ਕੀ ਹੋ ਗਿਆ? ਹੋ ਗਈ, ਕੱਪੜੇ ਲਿਆਂਦੇ ਹੋਣਗੇ। ਹਾਂ ਕੁੜੀ ਸਕਾਟਰੀ ਲੈਤੀ ਹੋਣੀ ਆ ਕੋਈ, ਇਹ ਗੱਲ ਸੋਨੂੰ ਵੀ ਨਹੀਂ ਪਤਾ ਸੀਗਾ। ਆਪਣੇ ਮਾਮੇ ਦੇ ਕੁੜੀ ਹੋ ਗਈ। ਹੈ? ਮਾਮੇ ਦੇ ਨਹੀਂ ਹੋਈ ਹੋਣੀ, ਮਾਮੀ ਦੇ ਹੋਈ ਹੋਣੀ ਆ। ਹਾਏ ਹੋਈ ਤਾਂ ਮਾਂ ਬੱਜੂਦਾ ਆਇਆ ਮੇਰੇ ਪਾ। ਡੈਡੀ ਜੀ ਤੁਸੀਂ ਵੀ ਨਾ ਬਸ, ਮਾਮੇ ਦੇ ਬੱਜੂਦਾ ਨਾਂ ਤਾਂ ਮਾਮੇ ਦੀ ਗੱਲ ਨਹੀਂ। ਮਾਂ ਮਾਮੀ ਦੇ ਕਦੋਂ ਹੋ ਗਈ ਕੁੜੀ? ਉਹ ਤਾਂ ਆਪਣੇ ਕੋਲ, ਉਹ ਤਾਂ ਇੱਥੇ ਗਈ ਆ ਹਲੇ। ਹੁਣ ਠੀਕ ਠਾਕ ਤਾਂ ਤੁਰੀ ਫਿਰਦੀ ਸੀ ਵਧੀਆ। ਹੋ ਗਿਆ ਕੱਪ ਨਹੀਂ ਮਾਰਦਾ, ਨਾਰਮਲ ਕੇਸ ਹੋਇਆ ਘਰੇ ਹੋ ਗਿਆ। ਹਾਂ ਸਾਨੂੰ ਹੋਈ ਡੈਡੀ ਨਾਲ, ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ। ਡੈਡੀ ਆਪਾਂ ਮੈਨੂੰ ਲੈ ਲਓ, ਡੈਡੀ ਦੇ ਮੇਰੀ ਗੱਲ ਸੁਣ, ਤੂੰ ਉਹ ਦੇਖ ਵੀ ਆਪਾਂ ਕਿਹੜੇ ਟੇਲਰ ਕੋਲ ਚੱਲੀਏ। ਹਾਂ ਟੇਲਰ ਕੋਲ ਦੇਖ ਜੀ, ਕਿਹਦੇ ਕੋਲ ਜਾਣਾ ਹਨਾ। ਮੈਂ ਵੀ ਹੁਣ ਸੂਟ ਸਟਿਚ ਕਰਵਾਣੇ ਨੇਗੇ। ਹੈਲੋ, ਤੂੰ ਤਾਂ ਗੱਲ ਸੁਣ ਲੈ ਤਾਂ ਚੱਲ, ਇਹ ਤਾਂ ਬੱਚੀ ਐ। ਕਿਉਂ ਸਾਡੇ ਨਾਲ ਮਜ਼ਾਕ ਜਿਹਾ ਕਰੀ ਜਾਂਦੇ ਸਾਨੂੰ? ਅੱਧਾ ਦੇਖ ਲੈ ਡੈਡੀ ਬਸ। ਆ ਦੇ, ਇਹ ਤਾਂ ਮਜ਼ਾਕ ਹੀ ਲੱਗਦਾ ਨਾ। ਆ ਦੇਖ ਆ ਵਾਲਾ ਆ ਡਿਜ਼ਾਈਨ ਬਣਾਵਾਂਗੇ ਆਪਾਂ। ਹਾਂ ਆ ਦੇਖ, ਆ ਮਾਮੇ ਨੇ ਫੋਟੋ ਭੇਜੀ, ਮਾਮੀ ਦੇਖ ਮਜ਼ਾਕ। ਕਿਸੇ ਦਾ ਜਵਾਬ ਚੱਕ, ਕਿਸੇ ਦਾ ਜਵਾਬ ਚੱਕ ਕੇ ਤਾਂ ਅਸੀਂ ਵੀ ਪਾ ਦਾਂਗੇ ਫੋਟੋ। ਤੁਸੀਂ ਮੇਰੀ ਇਹ ਗੱਲ ਸਰਸੀ ਨੇ ਸਮਝੋ, 20 ਮਿੰਟ ਪਹਿਲਾਂ ਸਾਰਾ ਪ੍ਰੋਗਰਾਮ ਆਦੇ ਮੈਨੂੰ ਨੇ ਇੰਸਟਾਗ੍ਰam ਤੇ ਪਾਈ ਆ ਉਹ ਕੁੜੀ ਚੱਕ ਕੇ ਹਨਾ। ਓਏ ਮੈਂ ਕਹਿੰਦਾ ਮੈਂ ਹਲਵਾਈ ਨੂੰ ਫੋਨ ਲਾਤਾ, ਆਪਾਂ ਕਰੇ ਛੋਟਾ ਪ੍ਰੋਗਰਾਮ ਕਰਕੇ ਖੁਸ਼ੀ ਮਨਾਉਣੀ ਆ। ਚਾਹੇ ਅਗਲੇ ਨੇ ਮਜ਼ਾਕ ਕਰਿਆ ਹੋਵੇ, ਡੈਡੀ ਜੀ ਨੇ ਹਲਵਾਈ ਵੀ ਬੁਲਾ ਲੇ। ਕੰਮੋ ਤੂੰ ਤਾਂ ਸਮਝ ਲੈ ਨਾ ਸੱਚੀ ਗੱਲ, ਮੈਂ ਵੀ ਸਮਝ ਦੇਖ ਲੈ ਲੈ ਮਜ਼ਾਕ ਹੋਣਾ, ਮਜ਼ਾਕ ਰੂਮ ਮੈਂ ਸੀਰੀਅਸ ਸਮਝਣਾ। ਰਿਸ਼ਤੇਦਾਰ ਆ ਰਹੇ ਆ, ਮੈਂ ਸਾਰਿਆਂ ਨੂੰ ਕਿਹਨੇ ਸੱਦ ਲਿਆ ਰਿਸ਼ਤੇਦਾਰ? ਮੈਂ ਦੇਖੀ ਲੋ ਘਰੇ ਕੋਈ ਬਾਈ ਨੀ ਧਾਈ ਨੀ ਸੀਗੀ, ਕੀ ਕਰਤਾ ਸੀ? ਦੋ ਘੰਟੇ ਉੱਪਰ ਕਾਹਦੀਆਂ ਬੈਠੀਆਂ ਲੈ ਲੈ ਏਡੀ ਛੇਤੀ ਕਿਵੇਂ ਹੋ ਗਿਆ? ਹੈਲੋ, ਹਾਂਜੀ ਮੰਮਾ ਜੀ ਸਤਿ ਸ਼੍ਰੀ ਅਕਾਲ। ਸੱਚੀ
ਕਹਿੰਦੇ ਵਧਾਈਆਂ ਤੁਹਾਨੂੰ, ਗੱਲ ਕਰ ਮੈਨੂੰ ਯਕੀਨ ਨਹੀਂ ਆਉਂਦਾ। ਹੈਲੋ ਸਤਿ ਸ਼੍ਰੀ ਅਕਾਲ ਮਾਮਾ ਜੀ। ਉਹ ਨਹੀਂ ਸੱਚੀ ਲਾਇਆ ਕਿ ਪਲਾਨ ਆ ਮਾਮਾ ਜੀ, ਇਹ ਕਦੋਂ ਹੋਇਆ? ਲੈ ਤੁਸੀਂ ਖੁਸ਼ੀ ਮਨਾਓ ਨਾ ਯਾਰ, ਤੁਸੀਂ ਦੱਸ ਕੇ ਦੋ ਕੀ ਲੈਣਾ ਤੁਸੀਂ? ਤਾਂ ਮਾਮਾ ਜੀ ਸਾਨੂੰ ਵੀ ਹੈ ਨਾ ਸਸਪੈਂਸ ਚ ਪਾਈ ਜਾਂਦੇ ਹੋ, ਸਹੀ ਦੱਸਣਾ। ਜਨਮ ਪੱਤਰੀ ਬਣਾਉਣੀ ਉਹਦੀ, ਤੁਸੀਂ ਖੁਸ਼ੀ ਮਨਾਓ। ਕਿਤੇ ਉਹੀ ਤਾਂ ਨਹੀਂ ਕਿਸੇ ਦਾ ਜਵਾਬ ਚੱਕ ਕੇ ਲਿਆਈ ਜਾਂਦੇ ਤੁਸੀਂ? ਲੈ ਹੋਰ ਸਾਨੂੰ ਕੀ ਮਜ਼ਾਕ ਕਰਦੇ ਹੋ? ਆ ਡੈਡੀ ਨੇ ਤਾਂ ਇੱਥੇ ਬੁਲਾ ਵੀ ਲਏ, ਰਿਸ਼ਤੇਦਾਰ ਹਲਵਾਈਏ ਵੀ ਬੁਲਾ ਲਏ। ਓਏ ਉਹ ਵੀ ਆਉਂਦੇ ਆ, ਮਾਮੇ ਨੂੰ ਫੋਨ ਲਾਤਾ, ਮਾਮੀ ਇੱਥੇ ਆਉਂਦੇ ਆ। ਹਾਏ ਮਾਮੀ ਤੁਸੀਂ ਵੀ ਆ ਰਹੇ ਹੋ? ਹੋਰ ਹੋਣਾ। ਹਾਏ ਚਲੋ ਠੀਕ ਆ ਠੀਕ ਆ। ਨਾ ਨਾ ਮਾਮਾ ਜੀ, ਮੈਂ ਤਾਂ ਵੈਸੇ ਹੀ ਪੁੱਛਦੀ, ਕਿਸੇ ਕੁਛ ਨੇ ਕੁਛ ਦੱਸਿਆ ਨਹੀਂ ਨਾ, ਤਾਂ ਕਰਕੇ ਕਨਫਿਊਜ਼ਨ ਜੀ ਹੋ ਗਈ ਸੀ। ਨਹੀਂ ਨਹੀਂ ਉਹ ਕੇਸ ਆਇਆ 5-10 ਸਾਲ ਪਹਿਲਾਂ, ਕਦੇ ਨਾਰਮਲ ਹੋ ਗਿਆ। ਠੀਕ ਹੈ ਮਾਮਾ, ਉਹ ਤਾਂ ਆ ਰਹੇ ਨੇ ਮੰਮੀ, ਪਰ ਹੋਇਆ ਕਦੋਂ? ਮਾਮੀ ਦਾ ਤਾਂ ਕੁਛ ਲੈਣਾ ਦੇਣਾ ਹੀ ਪਤਾ ਹੀ ਨਹੀਂ ਸੀ ਲੱਗਦਾ, ਕੁਛ ਨਾ ਦੱਸਿਆ। ਇੰਨਾ ਤਾਂ ਆਪਾਂ ਨੂੰ ਪਤਾ ਸੀਗਾ ਵੀ ਬੱਚਾ ਤਾਂ ਹੋਣ ਵਾਲਾ, ਪਰ ਐ ਨਹੀਂ ਸੀਗਾ ਵੀ ਇੰਨੀ ਛੇਤੀ ਹੋ ਜਾਊਗਾ। ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ, ਮੇਰੇ ਤਾਂ ਸੂਟ ਵੀ ਟੇਲਰ ਦੇ ਪਏ ਨੇਗੇ, ਹੋਰ ਮੇਰੇ ਕੋਲ ਤਾਂ ਸੂਟ ਵੀ ਨਹੀਂ ਹੈਗਾ। ਆਪਾਂ ਵੀ ਐਂ ਕਰਦੇ ਕੋਈ ਨਹੀਂ ਥੋੜੇ ਹੁੰਦੇ ਪੁੱਤ, ਉਹੀ ਗੱਲ ਫਿਰ ਤੁਸੀਂ ਖੁਸ਼ੀ ਮਨਾਓ ਜ਼ਿਆਦਾ, ਮੈਂ ਸਾਰਾ ਸਮਾਨ ਵੀ ਤਿਆਰ ਕਰਦਾ। ਠੀਕ ਹੈ ਜਾਓ ਤੁਸੀਂ, ਤਿਆਰ ਹੋ ਜਾਓ, ਇੰਨੇ ਬਹੁਤ ਬਸ। ਆ ਕੀ ਹੈ, ਤਿਆਰ ਹੋ ਜਾਓ। ਚਲੋ ਥੋੜਾ ਤਾਂ ਵਧੀਆ ਨਵਾਂ ਹੀ ਸੂਟ ਪਾਇਆ ਹੋਇਆ, ਮੈਂ ਵੀ ਇੱਦਾਂ ਹੀ ਠੀਕ ਆ, ਆਪਣੇ ਕਿਹੜਾ ਮਾੜੇ ਕੱਪੜੇ ਪਾਏ ਹੋਏ ਨੇ, ਬੜਾ ਮਾੜਿਆ ਸੀ। ਸੱਚੀ ਚਲੋ ਚੱਲੀਏ ਥੱਲੇ, ਦੇਖਾਂ ਦੇਖੀ ਆਪਾਂ ਕੁੜੀ ਨੂੰ ਦੇਣ ਵਾਸਤੇ ਕੁਛ, ਘਰੇ ਕੱਪੜੇ ਕੁਪੜੇ ਤਾਂ ਲਿਆਂਦੇ ਨਹੀਂ ਹੈਗੇ। ਡੈਡੀ ਨੇ ਆਪੇ ਸਾਰਾ ਕੁਛ ਕਰ ਲਿਆ, ਇਹ ਨਹੀਂ ਪਤਾ ਮੰਗਾ ਵੀ ਲਿਆ ਹੋਊਗਾ। ਸਹੀ ਗੱਲ, ਉਹ ਲੈ ਆਮਣ ਚਾਹ ਯਾਰ, ਘੰਟਾ ਲਾਤਾ। ਆ ਫੋਨ ਵੱਜੀ ਜਾਂਦਾ, ਨਾਲੇ ਚੱਕ ਲੈ ਇਹਨੂੰ। ਓਕੇ ਮੈਂ ਰਵੀ। ਉਹ ਕਿਵੇਂ ਕਰਮੀਤ? ਠੀਕ ਹੈ। ਕਿੱਧਰ ਰਿਹਾ ਪਤੰਦਰ? 3 ਦਿਨ ਹੋ ਗਏ ਤੈਨੂੰ ਫੋਨ ਲਾਈ ਜਾਂਦੇ ਨੂੰ। ਓ ਯਾਰ ਤੈਨੂੰ ਕੀ ਦੱਸਾਂ, ਮੈਂ ਤਾਂ ਉਧਰ ਚੰਡੀਗੜ੍ਹ, ਤਰੀਕ ਸੀ ਮੇਰੀ ਕੋਰਟ 'ਚ। ਕਾਹਦੀ ਤਰੀਕ ਆ ਹੁਣ? ਲੈ ਤੈਨੂੰ ਪਤਾ ਹੀ ਨਹੀਂ ਹਜੇ? ਨਾ ਮੈਨੂੰ ਤਾਂ ਪਤਾ ਨਹੀਂ ਯਾਰ। ਉਹ ਜਿਹੜੀ ਪਿੰਡ 'ਚ ਲੜਾਈ ਹੋ ਗਈ ਸੀ, ਉਹਦਾ ਮੁੰਡੇ ਦੇ ਵਾਹਵਾ ਸੱਟਾਂ ਵੱਜ ਗਈਆਂ ਸੀ। ਉਹ ਫਿਰ ਤਾਂ ਮੇਰਾ ਵੀ ਨਾਂ ਵਿੱਚ ਹੋਊ। ਤੇ ਹੋਰ, ਉਹਦਾ ਤੇਰੇ ਸਿੱਧੇ ਸੰਮਣ ਹੀ ਆਉਣਗੇ, ਕਿਵੇਂ ਨਾ ਕਿਵੇਂ ਕਹਿ ਕੇ ਕਢਾ ਲੈ ਨਾਮ। ਉਹ ਕੋਈ ਨਾ, ਹੈਗੀ ਆਪਣੀ MLA, ਆਪੀ ਜ਼ਮਾਨਤ ਕਰਾ ਦੂ ਆਪਣੀ ਬਾਹਰੋਂ ਬਾਹਰ। ਓਏ ਉਹ ਹੁਣ ਥਾਂ ਥਾਂ ਕਿੱਥੇ ਜ਼ਮਾਨਤਾਂ ਕਰਾਉਂਦੀ ਫਿਰੂ? ਕੋਈ ਤਾਂ ਕੰਮ ਆਪਾਂ ਨੂੰ ਆਪ ਕਰਨਾ ਚਾਹੀਦਾ। ਚੱਲ ਕੋਈ ਨਾ, ਦੇਖਦੇ ਆਪਾਂ, ਜਿੱਦੇ ਆਉਣਗੇ ਸੰਮਣ ਉਹਦੇ ਦੇਖੀ ਜਾਊ। ਹੋਰ ਦੱਸ, ਸੋਨੀ ਛੱਟ ਰਹਿੰਦੀ ਆ? ਓਏ ਉਹ ਤਾਂ ਠੀਕ ਹੈ, ਉਹਦੇ ਕੋਲ ਤਾਂ ਮੈਂ ਇੱਕ ਬੰਦਾ ਛੱਡ ਗਿਆ ਸੀ ਸਪੈਸ਼ਲ। ਕਿਹੜੀ MLA? ਓਏ ਓਏ ਉਹੀ ਓਏ ਉਹੀ ਇੱਕ ਹੀ ਤਾਂ MLA ਆ, ਕੋਈ ਮਰੀ ਮੁਰੀ ਨਹੀਂ। ਉਹ ਤਾਂ ਜਿਉਂਦੀ ਆ ਰਾਣੀ MLA ਯਾਰ, ਰਾਣੀ ਨੂੰ ਭੁੱਲ ਗਿਆ ਹੁਣ ਤੂੰ? ਉਹ ਕਿਹੜੀ ਰਾਣੀ? ਮੈਨੂੰ ਦੱਸਤਾ ਦੇ। ਉਹ MLA ਰਾਣੀ ਯਾਰ, ਤੂੰ ਤਾਂ ਬੰਦਰਾ ਨਹੀਂ ਦੱਸਿਆ ਸਾਨੂੰ, ਪਰ ਸਾਨੂੰ ਪਤਾ ਲੱਗ ਹੀ ਜਾਂਦਾ। ਫਿਰ ਤੁਸੀਂ ਕੀ ਕਰਨ ਗਏ ਸੀ ਉਹਦੇ ਕੋਲ? ਕੀ ਕਰਨ ਗਈ? ਗਏ ਸੀਗੇ ਪੈਸਾ ਧੇਲਾ ਲੈਣ ਕੋਈ। ਸ਼ਾਬਾਸ਼ੇ, ਹਾਂ ਮੰਨ ਗਿਆ ਤੁਹਾਨੂੰ ਹੁਣ। ਉਹ ਕੀ ਯਾਰ, ਐ ਨਾ ਕਰ, ਤੂੰ ਪੈਸੇ ਲੈ ਲਈ ਕੋਈ ਨਾ। ਓਏ ਲੈਣ ਦੀ ਗੱਲ ਨਹੀਂ ਹੈਗੀ, ਤੁਸੀਂ ਮੈਥੋਂ ਬਿਨਾ ਪੁੱਛੇ ਬਿਨਾ ਗਏ ਕਿਵੇਂ? ਚੱਲ ਕੋਈ ਨਾ ਫਿਰ, ਐਡੀ ਕੀ ਗੱਲ ਹੋਈ, ਕਰਮੀਤ ਆਪਾਂ ਇਕੱਠੇ ਤਾਂ ਰਹਿੰਦੇ ਆ ਯਾਰ, ਉਹੀ ਮਾੜੀ। ਓਏ ਮੈਨੂੰ ਪਤਾ ਨਾ ਉਹ ਰਾਣੀ ਮੈਡਮ ਦਾ, ਹੁਣ ਦੇਖੀ ਮੇਰੇ ਤੇ ਕਿਵੇਂ ਦੰਦਾ ਧਰਦੀ। ਉਹ ਆਖੂਗੀ ਤੈਨੂੰ ਪਤਾ ਸੀ, ਤੂੰ ਕਿਉਂ ਭੇਜੇ ਬੰਦੇ? ਉਹ ਤੋਂ ਬਾਅਦ ਤਾਂ ਮੈਂ ਚਤਰ ਨੂੰ ਵੀ ਲੈ ਗਿਆ ਉਹਦੇ ਕੋਲ। ਉਹ ਤੇਰਾ ਭਲਾ ਹੋ ਜੇ ਯਾਰ, ਐਂ ਨਾ ਕਰ ਯਾਰ। ਉਹ ਯਾਰ ਕੀ ਕਰਾਂ ਯਾਰ ਤੁਹਾਨੂੰ, 2 ਦਿਨ ਬਾਹਰ ਕੀ ਬਚਿਆ? ਤੁਸੀਂ ਤਾਂ ਭੈਣ ਸਾਰੀ ਖੇਡ ਖਤਮ ਕਰ ਦੋਗੇ। ਉਹ ਖਤਮ ਕੀ ਯਾਰ, ਪੈਸੇ ਕੀ ਖਤਮ ਆਈ ਯਾਰ? ਉਹ ਫਿਰ ਲੈਣੀ ਫਿਰ ਯਾਰ, ਅੱਧੇ ਲੈਣੀ। ਉਹ ਗੱਲ ਪੈਸਿਆਂ ਦੀ ਨਹੀਂ ਹੈਗੀ ਰਵੀ ਯਾਰ, ਫਿਰ ਹੋਰ ਕੀ ਫਰਾਉਣ? ਅਸੀਂ ਬੰਦੇ ਨਹੀਂ ਆ ਟੀਮ ਦੇ ਯਾਰ, ਉਹੀ ਗੱਲਾਂ। ਓਏ ਬੰਦੇ ਹੈਗੇ ਹੋ, ਬੰਦੇ ਹੈਗੇ ਹੋ, ਮੈਂ ਮੰਨਦਾ ਯਾਰ। 15 ਜੇਲਾਂ ਕੱਟੀਆਂ ਸੀ ਵੀ, ਅਸੀਂ ਕੋਈ ਨਹੀਂ ਤੁਰੇ ਫਿਰਦੇ। ਓ ਯਾਰ ਐਂ ਨਹੀਂ ਗੱਲ ਹੈਗੀ, ਗੱਲ ਕੋਈ ਪਰਦੇ 'ਚ ਵੀ ਰੱਖਣੀ ਹੁੰਦੀ ਹੈ। ਤੂੰ ਹੁਣ ਚਤਰ ਨੂੰ, ਉਹਨੂੰ ਚਵਲ ਨੂੰ ਕਿਉਂ ਲੈ ਕੇ ਗਿਆ ਨਾਲ? ਉਹ ਚੱਲ ਕੋਈ ਨਾ, ਚਤਰ ਵੀ ਫਿਰ ਆਪਣਾ ਹੀ ਬੰਦਾ ਗਾ। ਨਹੀਂ ਆਪਣਾ ਤੂੰ ਮੰਨਦਾ ਨਹੀਂ ਗੱਲ ਯਾਰ, ਉਹ ਹੈ ਨਹੀਂ ਕਿਸੇ ਕੰਮ ਦਾ। ਮੈਂ ਬਸ ਇੱਕ ਉਤੋਂ ਰੱਖਣਾ ਪੈਂਦਾ ਉਹ।
ਓਏ ਉਹਦੀ ਵਜ੍ਹਾ ਨਾਲ ਹੀ ਸੋਨੀ ਦੇਖ ਲਾ ਆਪਣੇ ਕਬਜ਼ੇ ਚ ਆਈ ਹੈ ਯਾਰ, ਦੁਬਾਰੇ ਫੇਰ ਸਮਕੋ ਸੋਨੀ ਬਣਾ ਕੇ ਫੇਰ ਭੇਜੀ ਆਪਾਂ। ਉਹ ਫੇਰ ਉਹ ਤੋਂ ਜਿੰਨਾ ਕੰਮ ਲੈਣਾ ਆਪਾਂ ਲੈ ਲਾਂਗੇ, ਪਰ ਤੂੰ ਉਹਦੇ ਕੋਲ ਕਿਉਂ ਲੈ ਕੇ ਗਿਆ ਉਹਨੂੰ? ਉਹ ਕਹਿੰਦਾ ਮੈਂ ਸਟਾਰ ਜੇ ਲਵਾਉਣੇ ਆ ਦੋ ਵੱਧ, ਸਟਾਰ ਦਾ ਯਾਰ ਤੁਹਾਡੇ ਸਟਾਰ ਨਾ ਲੋਟ ਆਏ। ਕਿਹੜੇ ਸਟਾਰ? ਉਹ ਸਟਾਰਾਂ ਦੀ ਗੱਲ ਕਰਦਾ, ਉਹਦੀ ਹੁਣ ਵਰਦੀ ਵੀ ਲਊ। ਉਹ ਯਾਰ ਤੂੰ ਕੀ ਫੁੱਦੂ ਜੀਆਂ ਗੱਲਾਂ ਕਰੀ ਜਾਂਦਾ ਯਾਰ, ਐਂ ਕਿਵੇਂ ਵਰਦੀ ਲਈ ਉਹਦੀ ਯਾਰ? ਫੁੱਦੂ ਗੱਲਾਂ ਸੁਣ ਤਾਂ ਫੁੱਦੂ ਲੱਗਣੀ ਆ। ਉਹ ਯਾਰ ਆਪਣੇ ਨਾਲ ਹੀ ਆ, ਠੀਕ ਆ ਉਹ ਭਰਤੀ ਕਰਾਇਆ ਆਪਣੇ ਆਪਣੇ ਕਹੇ ਦੇ ਚੱਲਦਾ ਉਹ, ਹਰੇਕ ਗੱਲ ਆਪਣੇ ਤੋਂ ਪੁੱਛੇ ਬਿਨਾ ਨੀ ਕਰਦਾ ਉਹ ਕੋਈ। ਉਹ ਯਾਰ ਕਿਉਂ ਨੀ ਪੈਂਦੀ ਯਾਰ, ਮੈਂ ਤੂੰ ਸਮਝਦਾ ਨੀ ਰਵੀ ਯਾਰ। ਉਹ ਯਾਰ ਮੈਂ ਜਿੱਥੋਂ ਤੱਕ ਜਾਣਦਾ ਨਾ ਉਹ ਮੈਨੂੰ ਪਤਾ। ਉਹ ਚੱਲ ਕੋਈ ਨਾ, ਹੁਣ ਜਿਹੜੀ ਗੱਲ ਹੋ ਗਈ ਹੋ ਗਈ, ਤੂੰ ਉਹਦੇ ਮਿੱਟੀ ਪਾ, ਹੁਣ ਗਾਹਾਂ ਸੋਚ ਵੀ ਕੀ ਕਰਨਾ। ਉਹ ਗਾਹਾਂ ਕੀ ਸੋਚਾ, ਹੁਣ ਤਾਂ ਤੁਸੀਂ ਸਾਰੀ ਖੇਡ ਖਤਮ ਕਰੋਗੇ। ਚੱਲ ਫਿਰ ਤੂੰ ਚਲਾ ਲਾ ਨਵੇਂ ਸਿਰੋਂ ਚਲਾ ਲਾ ਯਾਰ। ਉਹਨੂੰ ਚਬਲ ਨੂੰ ਉੱਥੇ ਲਿਆਉਣ ਦੀ ਕੀ ਉਹ ਸੀਗੀ? ਉਹ ਚੱਲ ਮੈਂ ਤਾਂ ਲਿਆਉਣ ਵਾਲਾ ਲੈ ਗਿਆ ਯਾਰ, ਫਿਰ ਹੁਣ ਤੂੰ ਗਾਹਾਂ ਦੀ ਗੱਲ ਸੋਚ ਲਾ, ਹੁਣ ਮੇਰੇ ਨੇ ਇੱਥੇ ਲੜ ਕੇ ਤੈਨੂੰ ਕੀ ਮਿਲ ਜੂ ਫਿਰ? ਉਹ ਹੋਰ ਕਿਹਦੇ ਨਾਲ ਲੜਦਾ ਲੜਾਂ ਦੱਸ ਹੈ, ਹੁਣ ਹੋਰ ਹੀ ਅੜਕਾਉਣ ਜੇ ਲੱਗ ਗਿਆ। ਕੀ ਅੜਕਾਉਣ, ਮੈਂ ਤਾਂ ਯਾਰ ਕੋਈ ਗੱਲ ਹੀ ਨਹੀਂ ਹੁੰਦੀ ਹੁਣ, ਗੱਲ ਨਹੀਂ ਹੁੰਦੀ। ਤੁਸੀਂ ਤਾਂ ਯਾਰ ਚਾਹ ਪੀਏਗਾ ਦੱਸ? ਉਹ ਬਸ ਯਾਰ ਚਾਹ ਦੀ ਕਿਹੜੀਆਂ ਚਾਹ ਯਾਰ, ਕੋਈ ਨਾ ਤੂੰ ਗੁੱਸੇ ਨੂੰ। ਉਹ ਰਵੀ ਤੂੰ ਗੱਲ ਸਮਝਿਆ ਕਰ, ਉਹ ਚਤਰਾ ਨਾ ਉਹਨੇ ਤੈਨੂੰ ਪਤਾ ਵੀ ਵਰਦੀ ਪਿੱਛੇ ਜਦੋਂ ਆਪਾਂ ਸੋਨੀ ਕਿਡਨੈਪ ਕਰੀ ਸੀਗੀ, ਜਿਉਂਦੀ ਬੈਠੀ ਹੈ ਪੰਗਾ, ਇਹ ਤਾਂ ਜਮੀ ਮਾਂਜੇ ਜਾਵਾਂਗੇ, ਕਿਸੇ ਪਾਸੇ ਨੀ ਰਹਿਣੇ। ਇਹ ਤੈਨੂੰ ਮੈਂ ਐਂ ਕਹਿੰਦਾ ਸੀ ਵੀ ਗੁਪਤ ਰੱਖਣੀ ਆ ਗੱਲ। ਉਹ ਚੱਲ ਤੈਨੂੰ ਜਦੋਂ ਉਹ ਮੰਜੀ ਤੇ ਬਿਠਾ ਕੇ ਆਇਆ ਸੀ, ਮੈਂ ਤੈਨੂੰ ਕੰਨੀ ਭਰੀ ਸੀ ਨਾ ਗੱਲ ਵੀ ਇਹ ਕਿਸੇ ਕੋਲ ਨੀ ਦੱਸਣਾ। ਉਹ ਯਾਰ ਮੈਂ ਤੈਨੂੰ ਪਤਾ ਨਾ, ਮੈਂ ਹੁਣ ਛੱਡਿਆ ਹੀ ਸਮਾਨ, ਮੈਨੂੰ ਤਾਂ ਪਤਾ ਹੀ ਨੀ ਲੱਗਾ ਬਈ ਕੀ ਦਾ ਕੀ ਹੋਇਆ। ਤੁਸੀਂ ਨਾ ਯਾਰ ਕੀ ਕਰਾਂ ਮੈਂ ਹੋਰ। ਚੱਲ ਕੋਈ ਨਾ, ਮੈਥੋਂ ਹੋ ਗਈ ਗਲਤੀ ਯਾਰ, ਤੇ ਗਾਹਾਂ ਦੀ ਸੋਚ ਲਾ ਹੁਣ ਕਿਵੇਂ ਕਰਨਾ। ਉਹ ਗਾਹਾਂ ਤਾਂ ਮੈਂ ਬਹੁਤ ਘੈਂਟ ਪਲਾਨ ਸੋਚੀ ਬੈਠਾ ਸੀ। ਗੱਲ ਕਰ ਤੁਸੀਂ ਆ ਨਾ, ਮੇਰਾ ਹੁਣ ਨਵੀਂ ਜੱਬ ਪਾਤਾ ਮੈਂ। ਨਹੀਂ ਐ ਨਹੀਂ, ਉਹ ਆਪਣੇ ਖਿਲਾਫ ਨਹੀਂ ਜਾਂਦਾ ਯਾਰ, ਉਹਨੇ ਮਰਨਾ ਯਾਰ ਆਪਣੇ ਖਿਲਾਫ ਜਾ ਕੇ ਯਾਰ। ਗੱਲਾਂ ਗੱਲਾਂ ਚ ਉਹਨੂੰ ਉਹਦਾ ਚਿਹਰਾ ਪੜ ਲਿਆ ਚਤਰੇ ਦਾ। ਉਹ ਨਹੀਂ ਐ ਤਾਂ ਆਪਣੇ ਚੱਲਦਾ, ਉਹਨੂੰ ਪਤਾ ਵੀ ਸਰੀਰ ਦੀ ਛਾਨਣੀ ਬਣਾ ਦੇਣਗੇ ਮਾਰ ਮਾਰ ਫਾਇਰ। ਓਏ ਮਾਰ ਤਾਂ ਦੇਵਾਂਗੇ, ਚਤਰਾ ਕਿਤੇ ਚਾਲ ਟੇਢੀ ਨਾ ਖੇਡ ਜੇ। ਟੇਢੀ ਕਿਵੇਂ ਖੇਡੂਗਾ? ਮੈਨੂੰ ਇਸੇ ਦਾ ਡਰ ਹੈ, ਕਿਉਂਕਿ ਉਹ ਆਪਦੀ ਵਰਦੀ ਬਚਾਉਣ ਦਾ ਮਾਰਾ ਕੁਛ ਵੀ ਕਰ ਸਕਦਾ। ਕੋਈ ਗੱਲ ਨੀ ਚਤਰਿਆ, ਚੱਲਾਂਗੇ ਤਾਂ ਅਸੀਂ ਤੇਰੇ ਨਾਲ ਹੀ। ਉਹ ਚੱਲ ਕੋਈ ਨਾ, ਬਸ ਠੰਡਾ ਹੋ ਯਾਰ ਤੂੰ। ਓਏ ਮੈਨੂੰ ਸੋਚਣ ਦੇ, ਦਿਮਾਗ ਸੋਚ ਲਾ ਦੇ ਸਕੀਮ। ਚੱਲ ਦੇਖਦਾ, ਚੱਲ ਇੱਕ ਮਿੰਟ ਆਉਣਾ, ਇੱਕ ਬੰਦਾ ਮੇਰੀ ਅੱਖ 'ਚ ਰੜਕਦਾ, ਉਹਨੂੰ ਮਿਲਿਆ ਮੈਂ ਪਹਿਲਾਂ। ਮੈਂ ਰੜਕ ਕੱਢਣੇ ਆ ਨਾ, ਕਿਉਂ ਮੈਂ? ਓਏ ਓਏ ਬਹਿ ਜਾ ਹੁਣ ਤੂੰ, ਕਿਤੇ ਨਹੀਂ ਜਾਣਾ। ਆ ਗਿਆ ਮੈਂ। ਬੰਦਰੇ ਉਹੀ ਬੁੜਕੀ ਜਾਂਦਾ, ਇਹ ਮੈਨੂੰ ਲੱਗਦਾ ਆਪ ਉਹਦੇ ਅਰਗਾ ਗਾ, ਪੈਸਿਆਂ ਦਾ ਲਾਲਚੀ ਇਹ ਬਣਿਆ ਬੈਠਾ ਗਾ ਵੀ ਦੱਸ ਕਿੰਨੇ ਕੁ ਪੈਸੇ ਲਿਆਂਦੇ। 50 ਲੱਖ ਲਿਆਂਦਾ, ਰੁਪਈਆ 4 ਲੱਖ ਦਿੱਤਾ ਉਹਨੇ ਉਹ ਵੀ ਰੋ ਕੇ। ਸੱਚੀ ਮਾਮੇ ਦੀ ਕੁੜੀ ਹੋਈ ਆ, ਪੂਰੀ ਤਿਆਰੀ ਸ਼ਿਆਰੀ ਖਿੱਚ ਕੇ ਆਈ ਆ। ਸਮਾਨ ਕੁੜੀ ਦਿਖਾਓ ਪਹਿਲਾਂ ਸਾਨੂੰ। ਮਾਮੀ ਆਉਂਦੀ ਆ, ਕੁੜੀ ਲੈ ਕੇ ਆਊਗੀ। ਤੁਰੀ ਚੱਲ ਪਿੱਛੇ ਪਿੱਛੇ ਬਣਾਇਆ ਦੇਖ।
ਤੇ ਫਿਰ ਰਸੋਈ ਚ ਰਖਾਉਣਾ ਸੀ ਸਮਾਨ ਇਹ ਡੈਡੀ ਤੁਸੀਂ ਇੰਨੀ ਤਿਆਰੀ ਕਰ ਕਦੋਂ ਲਈ ਚੱਲ ਕਿਹੜੀਆਂ ਆਈਟਮਾਂ ਦੇਖ ਲਈਏ ਕਿਹੜੀਆਂ ਆਈਟਮਾਂ ਨੇਗੀਆਂ ਸਾਨੂੰ ਤਾਂ ਯਕੀਨ ਹੀ ਨੀ ਹੋ ਰਿਹਾ ਸੁਣਨ ਨੀ ਆਉਂਦਾ ਮੈਂ ਮਾਮੇ ਕੋਲ ਜਾ ਕੇ ਹਜੇ ਵੀ ਯਕੀਨ ਆਉਂਦਾ ਆਹ ਦੇਖੋ ਲੈ ਮਾਮੇ ਨੂੰ ਕਹੂੰਗੀ ਨਾਮ ਵੀ ਬਹੁਤ ਸੋਹਣਾ ਦੱਸਿਆ ਵੀ ਨੀ ਟਾਈਮ ਤੇ ਦੱਸਿਆ ਪੂਰੇ ਤੇ ਲੈ ਮਿਲੀ ਸੀ ਸਾਨੂੰ ਮਿਲ ਗਈ ਸੀ ਤੇ ਮਾਮਾ ਜੀ ਕਿੱਥੇ ਨੇ ਗਏ ਤੇ ਮਾਮਾ ਜੀ ਵੀ ਉਰੇ ਨੇ ਚੱਕ ਲੋ ਬਸ ਸਤਿ ਸ਼੍ਰੀ ਅਕਾਲ ਮਾਮਾ ਜੀ ਵਧਾਈਆਂ ਸਾਨੂੰ ਬਹੁਤ ਬਹੁਤ ਵਧਾਈਆਂ ਓਏ ਗਗਲੂ ਬਗਲੂ ਮਾਮਾ ਜੀ ਤੁਹਾਡੇ ਕੋਲੇ ਹੀ ਆਇਆ ਜਵਾਕ ਤੁਸੀਂ ਦੱਸਿਆ ਹੀ ਨੀ ਕੁਛ ਸਰਪ੍ਰਾਈਜ਼ ਹੀ ਦੇਤਾ ਹੈ ਤੇ ਆਪ ਨੂੰ ਨਹੀਂ ਪਤਾ ਲੱਗਿਆ ਕੁਛ ਸਗਾ ਸੁਗਨ ਦੇਣਾ ਪੈਂਦਾ ਜੀ ਦੱਸ ਕੇ ਆਪ ਨੂੰ ਨਹੀਂ ਪਤਾ ਲੱਗਿਆ ਕੀ ਹੋਵੇ ਤਾਂ ਹੋਰ ਨਾ ਨਾ ਸਭ ਕੁਝ ਪਤਾ ਤੈਨੂੰ ਪਤਾ ਬਾਹਲੀ ਵਾ ਵਾ ਕਰੇ ਮਾਮਾ ਜੀ ਫਿਰ ਵਧਾਈਆਂ ਤਾਂ ਬਣਦੀਆਂ ਨੇ ਨਾ ਆ ਲਿਆ ਸੀ ਆ ਗਏ ਤੁਸੀਂ ਦੇ ਕੇ ਜਾਓ ਕੁੜੀਆਂ ਨੂੰ ਨਾ ਅਸੀਂ ਐਡੀ ਵੱਡੀ ਪਾਰਟੀ ਰੱਖੀ ਅਸੀਂ ਤਾਂ ਰੱਖੀ ਬੈਠੇ ਆ ਪਾਰਟੀ ਐਡੀ ਨਾ ਨਾ ਕੋਈ ਗੱਲ ਨਹੀਂ ਦੱਸੋ ਕੀ ਚਾਹੀਦਾ ਤੁਹਾਨੂੰ ਹੁਣ ਮੰਗ ਕੇ ਲਈਏ ਕਰ ਲਓ ਗੱਲ ਮਾਮੀ ਜੀ ਸਮਝਾ ਦਿਆ ਕਰੋ ਵਾੜਾ ਮੋਟਾ ਹੁਣ ਨੀ ਆਇਆ ਕਰਨਾ ਪਹਿਲਾਂ ਵਾਂਗੂ ਦੂਜੇ ਦਿਨ ਇੱਥੇ ਹੁੰਦੇ ਸੀਗੇ ਇਹ ਨੀ ਆਉਂਦੀ ਇਹ ਵੀ ਅਰਸ਼ ਅਰਗੀ ਆ ਮਾਮਾ ਜੀ ਕਿਹਦੇ ਵਰਗੀ ਲੱਗਦੀ ਹੈ ਤੁਹਾਨੂੰ ਇਹ ਮੇਰੇ ਤੇ ਗਈ ਬਸ ਰਹਿਣ ਦੋ ਹੋਰ ਕਿਤੇ ਹਾਂ ਮਗਰ ਫਿਰ ਜੇ ਮੇਰੀ ਗੱਲ ਸੁਣੋ ਮਾੜਾ ਮੋਟਾ ਬੱਚਾ ਕੇਸ ਕਰਨ ਲੱਗ ਜਾਂਦਾ ਨਾ ਕਹਿੰਦੇ ਮਾਂ ਵਰਗੀ ਹੈਗੀ ਹੁਣੀ ਕਹਿੰਦੇ ਮੇਰੇ ਵਰਗੀ ਆ ਉਹ ਰੋਣ ਲੱਗ ਗਈ ਜਦ ਬੋਲੇ ਗੁਰੂ ਪਾ ਤੇ ਫਿਰ ਮਾਂ ਤੇ ਗਈ ਆ ਸ਼ਰੀਫਾ ਮੇਰੇ ਤੇ ਆ ਚਲੋ ਠੀਕ ਹੈ ਇਹ ਤਾਂ ਬਹੁਤ ਬੜੀ ਮਾਮਾ ਜੀ ਮੇਰੀ ਗੱਲ ਸੁਣੋ ਮਾਮੀ ਜੀ ਹੁਣ ਆਪਾਂ ਤਿਆਰੀ ਕਰਦੇ ਆ ਠੀਕ ਹੈ ਉਹਨਾਂ ਦੇ ਸਾਰੇ ਰਿਸ਼ਤੇਦਾਰ ਵੀ ਪਹੁੰਚ ਜਾਣਗੇ ਜਿਨ੍ਹਾਂ ਜਿਨ੍ਹਾਂ ਨੂੰ ਬੁਲਾਇਆ ਗਾ ਤੇ ਚਲੋ ਮਾਮਾ ਜੀ ਉਹਨਾਂ ਦਾ ਰੋਣ ਲੱਗ ਗਿਆ ਘਬਰਾ ਗਈ ਦੇਖ ਕੇ ਮਾਮੇ ਦਾ ਮੂੰਹ ਮੈਂ ਚਾਹ ਲੈ ਕੇ ਆਉਣੀ ਤੁਹਾਡੇ ਵਾਸਤੇ ਆ ਜਾ ਮੈਨੂੰ